ਜਾਵੇ ਸਿਰ ਕਰਾਇਓ ਆਪਣੀ ਮਾਸੀ ਕੋਲੋਂ, ਉਹਦੇ ਕੋਲ ਜਾਣਾ ਨੂਰਾਂ ਕੋਲੋਂ, ਉਹਨੇ ਫਿਰ ਸਾਨੂੰ ਕੰਗਾ ਫੇਰਨਾ, ਫਿਰ ਸਾਡੇ ਜੂੜੇ ਕਰਨੇ, ਪਰਾਂਦੀ ਪਾ ਗਏ ਉੱਤੇ ਮਾਲ ਬਣ ਕੇ ਜਾਣਾ। ਨੂਰਾਂ ਮਾਸੀ ਜਿਹੜੀ ਸੀਗੀ ਇਹ ਮੁਸਲਮਾਨੀ ਸੀ? ਹਾਂ ਮੁਸਲਮਾਨੀ ਸੀ। ਕਮਾਲ ਹੈ। ਹਾਂਜੀ, ਇੰਨਾ ਪਿਆਰ ਕਰਨਾ ਉਹਨਾਂ। ਤੁਹਾਨੂੰ ਅੰਨੇ ਲੋਕ ਆਉਂਦੇ ਨੇ, ਅੱਖੀ ਤੇ ਤੁਹਾਡੀਆਂ ਦੋ ਐਨ, ਅੰਨੇ ਕਿਉਂ ਆਉਂਦੇ ਨੇ? ਅਖੇ ਪਤਾ ਨਹੀਂ, ਉਸ ਕਰ ਤੁਹਾਡੇ ਕੰਮ ਮੰਨੇ ਨੇ। ਅੱਛਾ, ਮੁਸਲਮਾਨਾਂ ਦੀਆਂ ਬੰਦੂਕਾਂ ਪੁਲਿਸ ਦੀਆਂ, ਕਿਸੇ ਕੰਮੀ ਕੋਈ ਸ਼ਰਾਰਤ ਖਿਲਾਉਣ ਦੀਆਂ ਤੇ ਬੰਦੂਕਾਂ ਤਲਾ ਲੈਂਦੀਆਂ। ਬਿਲਕੁਲ। ਤੇ ਤੁਹਾਨੂੰ ਐਨ ਮਾਰਨ ਦੇ, ਲੁੱਟ ਕੇ ਨੰਗਿਆਂ ਕਰਕੇ ਮਾਰਨ ਦੇ, ਤੁਹਾਡੇ ਕੋਈ ਚੀਜ਼ ਨਾ ਛੱਡਣ ਦੇ। ਫਿਰ ਸਾਡੇ ਤੇ ਸ਼ਿਕਾਇਤ ਹੋ ਗਈ ਵੀ ਇਹਨਾਂ ਕੋਲ ਅਸਲਾ ਹੈ। ਅੱਛਾ, ਕਿਸੇ ਦੱਸਦੇ ਇਹਨਾਂ ਕੋਲ 6 ਬੰਦੂਕਾਂ ਨੇ। ਇੱਕ ਆਦਮੀ ਆ ਗਿਆ ਸਾਡੇ ਸਿਰ ਤੇ ਖਲੋ ਕੇ, ਆਖਿਆ ਬੰਦੂਕ ਦੇਖ ਲਓ ਕਿਉਂ ਜੀ 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 ਮਰਾਉਂਦੇ ਹੋ? ਉਹ ਆਖਣ ਗਏ ਮਤ ਕੋਈ ਹਥਿਆਰ ਦਿਓ, ਲਾਹੌਰ ਜਾ ਕੇ ਤੁਹਾਨੂੰ ਨਾ ਮਾਰ ਦੇਣਾ। ਅੱਛਾ, ਲਾਹੌਰ ਤੁਹਾਡਾ ਇੰਤਜ਼ਾਮ ਹੋਇਆ ਹੈ, ਤੁਹਾਡਾ ਇਹਨਾਂ ਇੱਕ ਬੱਚਾ ਨਹੀਂ ਛੱਡਣਾ, ਅਤੇ ਲੜ ਕੇ ਮਰੋ ਸਿੱਖ ਹੋ, ਅਸੀਂ ਨਾਲ ਤੋਂ ਲੜ ਕੇ ਮਰਾਂਗੇ, ਕਿਉਂ ਦਿੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕੁਮ, ਨਮਸਤੇ, ਰਾਮ ਰਾਮ। ਮੈਂ ਹਾਂ ਤੁਹਾਡਾ ਕੇਸ਼ੂ ਮੁਲਤਾਨੀ, ਅਤੇ ਅੱਜ ਮੈਂ ਆਇਆ ਹਾਂ ਅਸੰਧ। ਅਸੰਧ ਦੇ ਵਿੱਚ ਇਸ ਵੀਡੀਓ ਦਾ ਜ਼ਰੀਆ ਬਣੇ ਮੇਰੇ ਭਰਾ ਹਰਜਿੰਦਰ ਭਾਅ ਜੀ, ਜਿਨ੍ਹਾਂ ਨੇ ਮੈਨੂੰ ਪਿਛਲੇ ਕਿਤਨੇ ਮਹੀਨਿਆਂ ਤੋਂ ਫੋਨ ਕੀਤਾ ਹੋਇਆ ਕਿ ਭਾਅ ਜੀ ਤੁਸੀਂ ਆਓ, ਸਾਡੇ ਬਜ਼ੁਰਗ ਬੈਠੇ ਹੈ। ਅਤੇ ਮੈਂ ਕਿਹਾ ਜੀ ਜ਼ਰੂਰ ਮੈਂ ਆਵਾਂਗਾ। ਜਦੋਂ ਅਸੰਧ ਦਾ ਨਾਮ ਆਇਆ ਤਾਂ ਮੇਰੇ ਦਿਮਾਗ ਵਿੱਚ ਆਇਆ ਕਿ ਯਾਰ ਅਸੰਧ ਦੇ ਵਿੱਚ ਤਾਂ ਇੱਕ ਪਿੰਡ ਵੀ ਹੈ, ਛੋਟਾ ਜਿਹਾ ਖਾਂਡਾ ਖੇੜੀ, ਉੱਥੇ ਦਾ ਵੀ ਇੱਕ ਬਜ਼ੁਰਗ ਇੱਥੋਂ ਗਿਆ ਸੀਗਾ ਅਤੇ ਅੱਜ ਪਾਕਿਸਤਾਨ ਵਿੱਚ ਬੈਠਾ ਹੈ, ਉਹਨਾਂ ਦੀ ਵੀ ਹਵੇਲੀ ਦਿਖਾਉਣੀ ਹੈ। ਮੈਂ ਕਿਹਾ ਚਲੋ ਕਿ ਉਹਨਾਂ ਦੋਨੋਂ ਕੰਮ ਇਕੱਠੇ ਕੀਤੇ ਜਾਣ। ਅਤੇ ਬੈਠਾ ਤਾਂ ਮੈਂ ਅੱਜ ਅਸੰਧ ਹਾਂ, ਲੇਕਿਨ ਜਿਹੜੇ ਬਜ਼ੁਰਗ ਵਾਰ ਮੇਰੇ ਨਾਲ ਬੈਠੇ ਨੇ ਇਹ ਅਸੰਧ ਦੇ ਨਹੀਂ ਹੈ, ਇਹ ਹੈ ਧਾਰਾਪੁਰ ਦੇ। ਹਾਂ, ਧਾਰਾਪੁਰ। ਅਤੇ ਇਹ ਬਾਕੀ ਦੀ ਹਿਸਟਰੀ, ਬਾਕੀ ਦਾ ਨਾਂ ਉਹ ਮੈਂ ਅਨੰਦ ਤੋਂ ਪੁੱਛੂੰਗਾ। ਬਾਪੂ, ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਤੁਹਾਡੇ ਦੇਖਣ ਵਾਲੇ ਬੰਦੇ ਇਸ ਟਾਈਮ ਬਹੁਤ ਸਾਰੇ ਜਾਣਨਾ ਚਾਹੁੰਦੇ ਹੈ ਕਿ ਤੁਹਾਡਾ ਪਿੱਛੇ ਪਿੰਡ ਕਿਹੜਾ ਸੀਗਾ? ਸਾਡਾ ਪਿੰਡ ਸੁਰਤਾਬਾਦ। ਸੁਰਤਾਬਾਦ, ਇਹ ਕਿੱਥੇ ਪੈਂਦਾ ਸੀਗਾ? ਹਾਂਜੀ, ਇਹਦੇ ਆਸੇ ਪਾਸੇ ਜਿਹੜਾ ਇਹ ਕਿਹੜੀ ਡਿਸਟ੍ਰਿਕਟ 'ਚ ਪੈਂਦਾ ਸੀਗਾ? ਤਹਿਸੀਲ ਕਿਹੜੀ ਸੀਗੀ? ਤਹਿਸੀਲ ਹੁਣ ਤਾਂ ਜ਼ਿਲ੍ਹਾ ਬਣ ਗਿਆ, ਤਹਿਸੀਲ ਹਾਫਸਾਬਾਦ ਸੀ। ਅੱਛਾ, ਹਾਫਸਾਬਾਦ ਕਿੱਥੇ ਆਇਆ? ਹਾਫਸਾਬਾਦ ਜਿਹੜਾ ਗੁਜਰਾਂ ਨੂੰ ਸੜਕ ਜਾਂਦੀ ਹੈ ਨਾ, ਆਪਣਾ ਨੂੰ ਜਿਹੜਾ ਆਗਾ ਜਾਂਦੀ ਜੜਾ ਲੈਣ ਢਾਬਾ, ਉਹ ਸੜਕ ਦੇ ਉੱਤੇ ਠੀਕ ਹੈ, ਲਾਇਲਪੁਰ ਦੇ ਨਾਲ। ਲਾਇਲਪੁਰ ਤੱਕ ਦੂਰ ਰਹਿ ਗਿਆ, ਲਾਇਲਪੁਰ ਦੂਰ ਰਹਿ ਗਿਆ, ਲਾਇਲਪੁਰ ਸੁਰਗੋਦਾ ਦਾ ਅੱਗੇ ਰਹਿ ਗਿਆ। ਅੱਛਾ, ਤੇ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਆਸੇ ਪਾਸੇ ਦੇ ਪਿੰਡ ਤੁਹਾਨੂੰ ਯਾਦ ਹੈ? ਹਾਂ ਯਾਦ ਹੈ ਜੀ, ਦੱਸਿਓ। ਜਲਣ। ਅੱਛਾ, ਝਲੀਆਂ ਵਾਲਾ। ਠੀਕ ਹੈ। ਤੁੰਨੀ। ਵਿੰਨੀ। ਅੱਛਾ, ਸੀਓ ਕੇ। ਠੀਕ ਹੈ। ਮਦਨ ਫਿੱਲਾ। ਬੁੱਗੇ। ਅੱਛਾ, ਨੱਤੂ ਸੁਜਾ। ਠੀਕ। ਚੱਕ। ਵਾਹ। ਬੁੱਗੇ। ਚੱਬਾ। ਅੱਛਾ, ਫਿਰ ਇੱਧਰ ਆ ਗਿਆ ਡੇਰਾ। ਠੀਕ। ਨੋਖਰ। ਰਾਮਗੜ੍ਹ। ਫਿਰ ਆ ਗਿਆ ਤੁਹਾਡਾ ਭਲਾ ਕਰੇ ਅੱਗੇ ਭਲਾਰਪੁਰ। ਠੀਕ ਹੈ। ਸੱਲ, ਸਾਡਾ ਪਿਛਲਾ ਪਿੰਡ ਸੱਲ ਹੈ, ਸੱਲ। ਅੱਛਾ। ਹਾਂਜੀ, ਸ਼ਾਹ ਮੁਹੰਮਦ ਦਾ ਕੋਟ। ਬਿਲਕੁਲ। ਡੇਰਾ। ਵਾਹ, ਬਸ ਬਸ ਬਸ, ਹੋਰ ਯਾਦ ਨਾ ਕਰੋ। ਅੱਛਾ, ਇੰਨੇ ਬੜੇ ਖੋਲ ਕੇ ਗੱਲ ਕਰੋ ਨਾ। ਤੇ ਇਹ ਦੱਸੋ, ਤੁਹਾਨੂੰ ਤੁਹਾਡੇ ਮਾਪਿਆਂ ਨੇ ਤੁਹਾਡਾ ਪੂਰਾ ਨਾਮ ਜਿਹੜਾ ਰੱਖਿਆ ਸੀਗਾ ਉਹ ਦੱਸੋ। ਧਾਰਾ ਸਿੰਘ। ਧਾਰਾ ਸਿੰਘ, ਅੱਗੇ ਪੂਰਾ ਨਾਂ? ਪੂਰਾ ਨਾਂ ਧਾਰਾ ਸਿੰਘ ਹੀ, ਹੋਰ ਕੀ ਅੱਗੇ ਹੋਣਾ ਸੀ। ਜਾਤ ਜਾਤ ਖਰ। ਧਾਰਾ ਸਿੰਘ। ਧਾਰਾ ਸਿੰਘ ਖਾਰਾ। ਖਾਰਾ, ਮੈਂ ਉਹੀ ਤਾਂ ਸੁਣਨਾ ਚਾਹੁੰਦਾ ਸੀਗਾ। ਤੁਹਾਡੀ ਪਹਿਚਾਣ, ਤੁਹਾਡਾ ਸਰਨੇਮ ਹੈ, ਤੁਹਾਡੀ ਜਾਤ ਹੈ? ਧਾਰਾ ਸਿੰਘ ਦਾ ਪਤਾ ਨਹੀਂ ਕਿਤਨੇ ਹੋਣੇ। ਹਾਂਜੀ, ਠੀਕ ਹੈ। ਹਾਂਜੀ, ਤੇ ਤੁਹਾਡੇ ਵੱਡਿਆਂ ਦਾ ਕੀ ਨਾਮ? ਬਾਪੂ ਜੀ ਦਾ? ਸਾਡੇ ਨਾਂ ਦਾ ਮਾਨ ਸਿੰਘ। ਅੱਛਾ, ਸੰਤਾ ਸਿੰਘ ਚਾਚਾ ਸੀ। ਅੱਛਾ, ਤੇ ਤੁਹਾਡੇ ਬਾਪੂ ਜੀ ਉੱਥੇ ਕੀ ਕੰਮ ਕਰਦੇ ਸੀਗੇ? ਖੇਤੀਬਾੜੀ। ਅੱਛਾ, ਜ਼ਮੀਨਾਂ ਸੀਗੀ ਆਪਣੀਆਂ? ਆਪਣੀ ਜ਼ਮੀਨ ਸੀ। ਠੀਕ। ਤੇ ਤੁਸੀਂ ਉੱਥੇ ਜਦੋਂ ਵੰਡ ਪਈ ਸੀਗੀ 47 ਦੀ, ਤਾਂ ਕਿੰਨੀ ਉਮਰ ਸੀਗੀ ਉਸ ਟਾਈਮ ਤੁਹਾਡੀ? ਮੇਰੀ 12-13 ਸਾਲ ਦੀ ਉਮਰ ਸੀ। ਪੜ੍ਹਦੇ ਵੀ ਸੀਗੇ? ਨਾ, ਉੱਥੇ ਸਕੂਲ ਕਿੱਥੇ ਹੁੰਦੇ ਸਨ। ਅੱਛਾ, ਤਾਂ ਫਿਰ 12 ਸਾਲ ਕਿਵੇਂ ਲਗਾ ਦਿੱਤੇ, ਕੀ ਕਰਦੇ ਰਹੇ? ਅਸੀਂ ਬੜਾ ਕੁਝ ਕਰਦੇ ਸਾਂ। ਅੱਛਾ,
ਸਾਨੂੰ ਜੇ ਅਸੀਂ ਪੁੱਛੇ ਨਾ ਸਾਡੇ ਕੋਲ ਸਨ ਬੱਕਰੀਆਂ ਅੱਛਾ ਭੇਡਾਂ ਮੱਝੀ ਠੀਕ ਹੈ ਗਾਈ ਅਸੀਂ ਜੋ ਛੋਟੇ ਛੋਟੀ ਬਾੜੀ ਮੱਤ ਮਾੜੀ ਸੀ ਨਾ ਸਾਨੂੰ ਉਹਦੇ ਪੇਟ ਬਗਿਆੜ ਪੈਂਦਾ ਹੁੰਦਾ ਸੀ ਬਗਿਆੜ ਅਤੇ ਉਹ ਬੱਚੇ ਚੁੱਕ ਕੇ ਲੈ ਜਾਂਦਾ ਸੀ ਠੀਕ ਹੈ ਅਸੀਂ ਉਹ ਲੇਲੇ ਬਲਨੇ ਲੇਲੇ ਰੱਸੀਆਂ ਨਾਲ ਲਾ ਕੇ ਨਾ ਲਾਂਘਾਂ ਨਹੀਂ ਕਰਕੇ ਇੱਥੋਂ ਇੱਥੇ ਕਿੱਲਾ ਇੱਥੇ ਗੰਡਾ ਅਤੇ ਗੰਡਾ ਕਰਨਾ ਉੱਥੇ ਕਿੱਲਾ ਅਤੇ ਵਿੱਚ ਰੱਸਾ ਪਾ ਦੇਣਾ ਅਤੇ ਉਹ ਨਿੱਕੀ ਨਿੱਕੀ ਰੱਸੀਆਂ ਵੱਟ ਕੇ ਲੇਲਿਆਂ ਗਲ ਪਾ ਕੇ ਉਹ ਨਾਲ ਬੰਨੀ ਜਾਣੀ ਕਿ ਜੇ ਬਗਿਆੜ ਨੇ ਜਦੋਂ ਆਉਣਾ ਨਾ ਉਹਨੇ ਫੜਨਾ ਲੇਲੇ ਨੂੰ ਅਤੇ ਰੱਸੀ ਨਾਲ ਬੱਧਾ ਆਉਣਾ ਇਹਨੇ ਕੁੱਤੇ ਉੱਠ ਪੈਣਾ ਅੱਛਾ ਹੈਂ ਅਤੇ ਬਗਿਆੜ ਨੇ ਖਾਲੀ ਭੱਜ ਜਾਣਾ ਬੱਚਾ ਜਾਣਾ ਨਾ ਵੱਡੇ ਪਰੂ ਜਾਣੇ ਕੁੱਤਾ ਸਾਡਾ ਬੜਾ ਤਗੜਾ ਸੀ ਜਾਣ ਨਹੀਂ ਸੀ ਦਿੰਦਾ ਹੁੰਦਾ ਅੱਛਾ ਅੱਛਾ ਅਸੀਂ ਜੇ ਮਾਇਕ 'ਤੇ ਗੱਲ ਕੀਤੀ ਮੇਰਾ ਛੋਟਾ ਮੁੰਡਾ ਮੈਨੂੰ ਆਉਂਦਾ ਹੈ ਚਾਰ ਪੰਜ ਸਾਲ ਦੇ ਬੱਚੇ ਦੇ ਪਤਾ ਹੀ ਬਣੀ ਦੇ ਪੰਜ ਛੇ ਸਾਲ ਦੇ ਨੂੰ ਮੈਂ ਕਿਹਾ ਸੀ ਮਾਏ ਦੇ ਤਾਰਾਂ ਦੇ ਲੈ ਲਿਓ ਸਭ ਮੈਨੂੰ ਦਿੰਦੇ ਨਾ ਅਤੇ 12 ਸਾਲ ਤੁਸੀਂ ਫਿਰ ਉਦੋਂ ਬਾਅਦ ਫਿਰ ਅੱਗੇ ਹੋਇਆ ਕਿ ਫਿਰ ਜੀ ਅਸੀਂ ਫਿਰ ਥੋੜ੍ਹਾ ਚਿਰ ਭੇਡਾਂ ਵੀ ਚਾਰੀਆਂ ਨੇ ਅੱਛਾ ਲੇਕਿਨ 12 ਸਾਲ ਸਿਰਫ ਤੁਸੀਂ ਡੰਗਰ ਹੀ ਚਾਰਦੇ ਰਹੇ ਡਾਕਟਰ ਸਾਹਿਬ 12 ਸਾਲ ਸੁਣਦਾ ਰਹੋ 12 ਸਾਲ ਤੋਂ ਫਿਰ ਭੇਡਾਂ ਚਾਰੀਆਂ ਫਿਰ ਡੰਗਰ ਲੱਗ ਪਏ ਚਾਰਨ ਡੰਗਰ ਸਾਡੇ ਕੋਲ 50 ਡੰਗਰ ਸਨ ਅੱਛਾ ਸਮਝ ਆ ਗਈ ਗੱਲ ਦੀ ਆ ਗਈ ਜੀ ਦੋ ਘੋੜੀਆਂ ਹਨ ਇੱਕ ਘੋੜਾ ਸੀ ਵਾਹ ਘੋੜੀਆਂ ਘੋੜੇ ਪਜਾਈ ਫਿਰਦੇ ਹੁੰਦੇ ਜੋ ਵਿਹਲੇ ਹੋਣੇ ਨਾ ਕਿਹੜੇ ਰੰਗ ਦੇ ਸੀਗੇ ਹਾਂਜੀ ਰੰਗ ਕਿਹੜਾ ਰੰਗ ਲਾਲ ਘੋੜੇ ਦਾ ਘੋੜੇ ਦਾ ਅੱਛਾ ਅਤੇ ਵੱਖੀ 'ਤੇ ਡੱਬ ਸੀ ਚਿੱਟਾ ਇੱਥੇ ਅੱਛਾ ਅਤੇ ਮੱਥੇ ਟਿੱਕਾ ਸੀ ਵਾਹ ਅਤੇ ਘੋੜੀਆਂ ਲਾਲ ਸਨ ਦੋਵੇਂ ਅੱਛਾ ਜਦੋਂ ਉਹਦੀ ਘੋੜੀਆਂ ਪਜਾਣੀਆਂ ਨਾ ਉਦੋਂ ਵੇਖ ਲੈਣਾ ਵੱਡਾ ਭਰਾ ਸਨ ਸਾਡੇ ਤੋਂ ਮੇਰੇ ਤੋਂ ਵੱਡੇ ਸਨ ਚਾਰ ਉਹਨਾਂ ਵੇਖ ਲੈਣਾ ਇਹ ਅਤੇ ਡਿੱਗ ਕੇ ਸੱਟ ਖਾਣਗੇ ਉਹਨਾਂ ਸਾਨੂੰ ਕੰਨਾਂ ਤੋਂ ਲੈਣਾ ਫੜ ਚਲੋ ਡੰਗਰਾਂ ਬਗਰ ਜਦੋਂ ਫਿਰ ਸਾਡਾ ਦਾਹ ਲੱਗਣਾ ਅਸੀਂ ਫਿਰ ਘੋੜੀਆਂ ਪਜਾਣ ਲੱਗ ਜਾਣੀ ਆ ਸਾਡੇ ਇਸਤੇਮਾਲ ਹੋ ਗਈ ਸੀ ਇਸਤੇਮਾਲ ਦੇ ਵਿੱਚ ਫਿਰ ਅਸੀਂ ਜ਼ਮੀਨ ਲਈ ਪਿੰਡੋਂ ਕਿਲੋ ਡੇਢ ਮੀਲ ਮੋਕਲੀ ਅਤੇ ਜ਼ਮੀਨ ਬੰਜਰ ਸੀ ਅਤੇ ਇੱਧਰ ਨਾਲ ਨਹਿਰ ਸੀ ਅਤੇ ਨਾਲ ਧਰੋੜ ਸੀ ਪਈ ਲੰਮਾ ਕਿਲੋ ਕੁ ਕਿਲੋਮੀਟਰ ਇੰਨੀ ਲੰਬਾਈ ਅੰਜ ਨਾਲ ਉੱਥੇ ਘੋੜੀਆਂ ਪਜਾਣੀਆਂ ਅੱਛਾ ਅੱਛਾ ਫਿਰ ਮਤਲਬ ਅਸੀਂ ਡੰਗਰ ਹੀ ਚਾਰਦੇ ਚਾਰਦੇ ਅਤੇ ਸਨ 47 ਬਣ ਗਿਆ ਨਾ ਫਿਰ 47 ਤੋਂ ਪਹਿਲੇ ਇਹ ਦੱਸਿਓ ਡੰਗਰ ਚਾਰਦੇ ਰਹੇ ਖੇਲ ਕੂਦ ਕਿੱਥੇ ਗਿਆ ਖੇਡਦੇ ਨਹੀਂ ਸੀਗੇ ਖੇਡਦੇ ਹੁੰਦੇ ਸਾਂ ਕੀ ਖੇਡਦੇ ਸੀਗੇ ਉਦੋਂ ਖੇਡਾਂ ਕਾਦੀਆਂ ਹੁੰਦੀਆਂ ਹਜੇ ਹਾਂ ਇੱਕ ਜੰਗਲਾਂ 'ਚ ਵੜਨਾ ਅੱਜ ਕੱਲ੍ਹ ਲੀਹ 'ਚ ਮਾਰਨੀ ਅਤੇ ਖੂਨ ਢੋਣਾ ਕੋਲ ਹੱਥੇ ਫੜ ਕੇ ਖੜੋ ਜਾਣਾ ਉਹਨੇ ਮਾਰਨਾ ਖਿੱਦੂ ਮੰਗੋ ਮੈਂ ਅੱਗੋਂ ਅੱਜ ਮਾਰ ਦੇਣਾ ਹਾਂ ਅਤੇ ਜਾਂ ਹੁੰਦੀ ਸੀ ਖੂਨ ਢੋਣੇ ਅਤੇ ਪੰਜ ਸੱਤ ਮੁੰਡੇ ਉੱਧਰ ਖਿੱਦੂ ਉਹਨਾਂ ਉੱਧਰ ਲਿਜਾਣਾ ਅਤੇ ਉਹਨਾਂ ਉੱਧਰ ਲਿਜਾਣਾ ਜੇ ਉਹਨਾਂ ਦੇ ਕਾਬੂ ਆ ਗਿਆ ਤਾਂ ਉਹ ਲੈ ਗਏ ਸੜਕ ਤੱਕ ਸਾਡੇ ਕਾਬੂ ਆ ਗਿਆ ਤਾਂ ਅਸੀਂ ਇੱਧਰ ਲੈ ਆਏ ਬਸ ਆਹ ਖੇਡਾਂ ਖੇਡਾਂ ਹੁੰਦੀਆਂ ਸੀਗੀਆਂ ਅਤੇ ਜਿਹੜੇ ਖੇਡ ਖੇਡਦੇ ਸੀਗੇ ਅਤੇ ਉਹ ਜਿਹੜੇ ਨਾਲ ਤੁਹਾਡੇ ਮੁੰਡੇ ਸੀਗੇ ਉਹਨਾਂ ਦੇ ਨਾਂ ਵੀ ਤਾਂ ਫਿਰ ਯਾਦ ਹੀ ਹੋਣੇ ਨਾਂ ਯਾਦ ਨੇ ਦੱਸੋ ਪਹਿਲੀ ਤਾਂ ਗੱਲ ਸਣ ਇਹ ਸਣ ਵੀ ਤਰੇ ਭਰਾ ਤੇ ਅਸੀਂ ਆਪ ਸਾਂ ਇੱਕੋ ਜਿੱਡੇ ਅੱਛਾ ਕੰਧਾਰਾ ਸਿੰਘ ਅਤੇ ਤਾਰਾ ਸਿੰਘ ਤਾਰਾ ਸਿੰਘ ਛੋਟਾ ਸੀ ਅਤੇ ਕੰਧਾਰਾ ਸਿੰਘ ਮੈਂ ਤੁਹਾਡਾ ਸੀ ਚਾਚੇ ਦੇ ਪੁੱਤਰ ਸਨ ਤਰਾਏ ਠੀਕ ਹੈ ਛੇ ਤੇ ਅਸੀਂ ਆਪ ਹੀ ਸਾਂ ਠੀਕ ਹੈ ਅਤੇ ਦੋ ਤਰ੍ਹਾਂ ਮੁੰਡੇ ਸਾਈਆਂ ਦੇ ਹੁੰਦੇ ਸਨ ਅੱਛਾ 9-10 ਤੇ ਅਸੀਂ ਆਉਂਦੇ ਸਾਂ ਅਸੀਂ ਕਿਸੇ ਨੂੰ ਕਿਸ ਤਰ੍ਹਾਂ ਅਤੇ ਆਸੇ ਪਾਸੇ ਜਿਹੜੇ ਹੋਰ ਘਰ ਸੀਗੇ ਉਹਨਾਂ ਦੇ ਵਿੱਚ ਕੋਈ ਮੁਸਲਮਾਨਾਂ ਦੇ ਵੀ ਘਰ ਸੀਗੇ ਨਾ ਸਾਡੇ ਪਿੰਡ ਮੁਸਲਮਾਨ ਪਿੰਡ ਹੀ ਸਨ ਅਸੀਂ ਬਿਰਤ ਬਾਹਰ ਆ ਗਏ ਸਾਂ ਉਹ ਤੇਲੀ ਸਨ ਜਾਤ ਦੇ ਠੀਕ ਹੈ ਉਹਨਾਂ ਦੇ ਬੱਚੇ ਨਹੀਂ ਖੇਡਦੇ ਸੀਗੇ ਤੁਹਾਡੇ ਨਾਲ ਨਾ ਸਾਡੇ ਨਾਲ ਬੱਚੇ ਹੁਣ ਖੇਡਦੇ ਠੀਕ 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 ਸਾਈਆਂ ਦੇ ਬੱਚੇ ਖੇਡਦੇ ਹਨ ਸਾਡੇ ਨਾਲ ਤੇਲੀਆਂ ਦੇ ਬੱਚੇ ਸਨ ਖੇਡਦੇ ਨਾਈ ਸਨ ਮੁਸਲਮਾਨ ਨਾਈ ਸਨ ਜਿਹੜੇ ਉਹ ਵੀ ਤਰਾਏ ਉਹ ਪਿਓ ਦਾ ਮਰ ਗਏ ਤਰਾਏ ਭਰਾ ਸਨ ਤੇਲੀ ਸਨ ਪੰਜ ਚਾਰ ਘਰ ਇੱਕ ਤੇ ਉਹ ਵੀ ਸਾਡੇ ਨਾਨਕਾ ਸਨ ਵਰਨੀ ਠੀਕ ਹੈ ਉਹ ਵੀ ਵਰਨਾ ਦੀ ਸੀ ਉਹ ਤੇਲਣ ਵੀ ਅਤੇ ਜਿਹੜੀ ਸੀ ਨੈਣ ਨੂਰਾਂ ਉਹ ਵੀ ਉੱਥੋਂ ਦੀ ਜਦੋਂ ਪਹਿਲੋਂ ਪਿੰਡ ਹੁੰਦੇ ਸਾਂ ਜਦੋਂ ਛੋਟੇ ਛੋਟੇ ਹੁੰਦੇ ਸਾਂ ਜਿੱਦਾਂ ਵਾਹ ਬੱਚਾ ਹੈ ਜਾਓ ਸਿਰ ਕਰਾਇਓ ਆਪਣੀ ਮਾਸੀ ਕੋਲੋਂ ਉਹਦੇ ਕੋਲ ਜਾਣਾ ਨੂਰਾਂ ਕੋਲੋਂ ਉਹਨੇ ਫਿਰ ਸਾਨੂੰ ਕੰਗਾ ਫੇਰਨਾ ਫਿਰ ਸਾਡੇ ਜੂੜੇ ਕਰਨੇ ਪਰਾਂਦੀ ਪਾ ਕੇ ਉੱਤੇ ਮਾਲ ਬਣ ਕੇ ਜਾਣਾ ਨੂਰਾਂ ਮਾਸੀ ਜਿਹੜੀ ਸੀਗੀ ਇਹ ਮੁਸਲਮਾਨੀ ਸੀ ਮੁਸਲਮਾਨੀ ਸੀ ਕਮਾਲ ਹੈ ਹਾਂਜੀ ਇਹਨਾਂ ਪਿਆਰ ਕਰਨਾ ਉਹਨਾਂ ਯਾਨੀ ਉਹ ਫਿਰ ਨੂਰਾਂ ਦੇ ਜਿਹੜੇ ਬੱਚੇ ਸੀਗੇ ਵੱਡੇ ਦੇ ਨਾਂ ਮੁਹੰਮਦ ਸੀ ਅੱਛਾ
ਇੱਕ ਨਾ ਬਸ਼ੀਰ ਸੀ, ਉਹ ਮੱਤ ਤਗੜਾ ਸੀ, ਉਹ ਨਹੂੰ ਨਾ ਲਾ ਲੈਂਦਾ ਸੀ, ਉਹਦੇ ਸਾਡੇ ਨਾਲ ਵੱਡਾ ਸੀ। ਕੀ ਕਰਦਾ ਸੀ ਉਹ? ਨਹੂੰ ਨਹੂੰ ਸ਼ਹੂ ਲਾ ਲੈਂਦਾ ਸੀ। ਅੱਛਾ, ਜਿਮੀਦਾਰਾਂ ਕੰਮ ਕਰਦਾ ਹੁੰਦਾ ਸੀ, ਜਿਹੜਾ ਕੰਮ ਨਾਈਆਂ ਦਾ ਹੁੰਦਾ, ਜਿਹੜਾ ਤੁਹਾਡੇ ਹਾਣ ਦਾ ਸੀਗਾ ਉਹ ਕੌਣ ਸੀ? ਉਹ ਸਭ ਤੋਂ ਵੱਡਾ ਸੀ, ਥੋੜ੍ਹਾ 2 ਸਾਲ, ਛੋਟੇ ਦੂਜੇ 2 ਸਾਡੇ ਹਾਣੀ ਸਨ। ਅੱਛਾ, ਅਤੇ ਜਿਹੜੀ ਸਨ ਤੇਲਣ ਤੇਲੀ, ਉਹ ਸਾਡੀ ਮਾਸੀ ਸੀ, ਉਹਦੇ ਬੰਦੇ ਨਾਲ ਗਾਮਾਂ ਸੀ, ਉਹ ਇੰਨਾ ਮਰੀਆਂ ਸੀ। ਅੱਛਾ, ਉੱਥੇ ਜਾਣਾ, ਉਹਨੇ ਬੜਾ ਪਿਆਰ ਕਰਨਾ। ਅੱਛਾ, ਪੱਠੀ ਕੁਣੀ ਹੁੰਦੀ, ਜੋ ਦਾਣੇ ਪਣਾ ਲਿਆਵੋ, ਉਹ ਕੋਈ ਮੀਲ ਕੁ ਪੈਂਦਾ ਸਾਡਾ ਡੇਰਾ, ਪਿੰਡ ਫਿਰ ਦਾਣੇ ਪਲਾਣ ਜਾਣੇ ਪੱਠੀ ਦੇ, ਫਿਰ ਉਹਨਾਂ ਨੇ ਬੜਾ ਪਿਆਰ ਕਰਨਾ ਸਾਡੇ ਨਾਲ। ਜੇ ਇੱਕ ਮਾਸੀ ਨੂੰ ਮਿਲਣਾ, ਫਿਰ ਦੂਜੀ ਨੇ ਆਖਣਾ, ਦੂਜੀ ਨੇ ਮਿਲਣਾ, ਚਲੋ ਫਿਰ ਉਹਨੂੰ ਵੀ ਮਿਲ ਕੇ ਆਉਣਾ। ਜ਼ਿਆਦਾ ਫਿਰ ਅਸੀਂ ਸਦੀਕ ਜਿਹੜਾ ਸੀ ਸਾਡਾ ਬਿੱਲੀ, ਜਦੋਂ ਫਿਰ ਉਹ 12-13 ਸਾਲ ਦੇ ਹੋ ਗਏ ਸਨ, ਇਹਨਾਂ ਨੇ ਟਾਈਮ ਟੱਪ ਗਿਆ। ਇੱਕ ਮੁਸਲਮਾਨ ਸੀ ਸਦੀਕ, ਅੱਛਾ, ਉਹ ਇੰਨਾ ਬੜਾ ਪਿਆਰ ਸੀ ਵੱਡੇ ਭਰਾ ਦਾ। ਅੱਛਾ, ਉਹਨਾਂ ਦੇ ਘਰ ਜਾਂਦੇ ਸਾਂ, ਉਹਨਾਂ ਦੇ ਬੱਚੇ ਨਾਲ ਜਿਵੇਂ ਆਪਣੇ ਨਾਲ ਖੇਡੀਦਾ, ਰਲ ਮਿਲ ਕੇ ਖੇਡਣਾ। ਬਿਲਕੁਲ, 2 ਭਰਾ ਸਨ, 2-2 ਵਿਆਹ ਹੁਣ, ਬੱਚੇ 3-3 ਸਨ, 6-12 ਬੱਚੇ ਹਨ ਦੋਵਾਂ ਭਰਾਵਾਂ ਕੋਲ। ਅੱਛਾ ਅੱਛਾ, ਇੱਕ ਨਵਾਬ ਬੋਰਡ ਸੀ, ਉਹਦਾ ਸਾਡੇ ਬਾਪੂ ਨਾਲ ਬੜਾ ਪਿਆਰ ਸੀ। ਉਹ ਸਾਨੂੰ ਤਰਾਏ, ਇੱਕ ਭਰਾ ਸੀ ਉਹਦਾ ਸੱਚੇ ਸੌਦੇ ਦੇ ਕੋਲ, ਆਪਣਾ ਵਾਜਦੀ ਰੱਖ ਇਹਨਾਂ ਦੀ, ਤਲੋਕ ਸਿੰਘ ਕੋਟੀਏ ਨਹੀਂ ਸਨ ਜਿਹੜੇ, ਤਲੋਕ ਸਿੰਘ ਕੋਟੀਏ ਬਾਲੂ ਹੁੰਦੇ ਸਨ, ਉਹ ਸਿੱਧੀ ਨੂੰ ਕੋਈ ਲਾਦ ਹੁੰਦੀ ਬੈਠੀ, ਕੋਈ ਯੂਪੀ ਨਗਾਂ, ਕੁਝ ਬਾਹਰ ਅਮਰੀਕਾ ਟੁਰ ਗਏ ਨੇ, ਉਹਨੇ ਰੱਖ ਚ ਹੁੰਦਾ ਸੀ ਇੱਕ ਭਰਾਵੜ ਦਾ। ਅਤੇ ਨਵਾਬ ਦਾ ਜਦੋਂ ਫਿਰ ਅਸੀਂ ਘਰੋਂ ਨਿਕਲੇ, ਸਾਨੂੰ 47 ਬਣ ਗਿਆ, ਅਸੀਂ ਫਿਰ ਨਾ ਜਿਵੇਂ ਹੁਣ ਬੈਠੇ ਹਾਂ ਨਾ, ਇਸ ਅਸੀਂ ਫਿਰ ਸਾਰਸ਼ਾ ਛੱਡ ਕੇ ਕੁਛ ਨਹੀਂ ਕਰੋ ਲਿਆ ਹੈ। ਉਹ ਤਾਂ ਹਰ ਬੰਦੇ ਨਾਲ ਉਹ ਹੋਇਆ ਸੀਗਾ, ਸਹੀ ਗੱਲ ਦੱਸ ਰਹੇ ਤੁਸੀਂ। ਅਸੀਂ ਜਾਣ ਕੇ ਛੱਡਿਆ ਨਾ ਮੌਕੇ ਨਾਲ, ਸਾਨੂੰ ਤਾਂ ਮੌਕਾ ਮਿਲਿਆ ਸੀ। ਸਾਈ ਨੂੰ ਕੁੰਜੀਆਂ ਫੜਾਈਆਂ ਬਾਪੂ ਨੇ, ਸਾਈ ਕਹਿਣ ਲੱਗਾ, ਬਾਪੂ ਸਾਡੇ ਉਹ ਕੁੰਜੀਆਂ ਕਿੰਨੇ ਰਹਿਣ ਦੇਣੀਆਂ ਨੇ, ਕੁੰਜੀਆਂ ਲੈ ਜਾਣੀਆਂ ਨੇ, ਮੁਸਲਮਾਨਾਂ ਪਾਲਣਾ ਇਕੱਠਿਆਂ। ਉਹਨੇ ਆਖਿਆ ਕੋਈ ਨਹੀਂ, ਅਸੀਂ ਰਾਤ ਨੂੰ ਆ ਜਾਵਾਂਗੇ। ਅੱਛਾ, ਫਿਰ ਇੱਕ ਬਾਲਟੀ ਖੰਡ ਦੀ ਲਈ, ਅਤੇ ਬਾਪੂ ਆਖਣ ਲੱਗਾ ਵੀ ਉੱਥੇ ਦੁੱਧ ਕਾਹਦਾ ਪੀਆਂਗੇ, ਜਾ ਕੇ 3 ਮੱਝੀ ਲੈ ਲਈਆਂ। ਅਤੇ ਅਸੀਂ ਫਿਰ ਘਰੋਂ ਨਿਗਾ ਕੇ ਟੋਲ ਕੇ, ਅਸੀਂ ਫਿਰ ਭਿੱਖੀਆਂ ਵਾਲੇ ਆ ਗਏ। ਅੱਛਾ, ਭਿੱਖੀਆਂ ਵਾਲੇ ਸਾਡੇ ਨਾਨਕੇ ਸਨ। ਠੀਕ ਹੈ। ਅੱਛਾ, ਰਾਤ ਨੂੰ ਜਾਣਾ ਸੀ, ਪਾਣੀ ਦੀ ਲੋੜ ਕੋਈ ਨਹੀਂ, ਮੇਰੇ ਸੀ ਗੁੜ ਦੇਖ ਲਓ, ਗੁੜ ਦੇ ਉਹ ਉੱਥੇ ਵਿਚਾਰ ਇਹ ਕੀਤੀ ਵੀ ਜਦੋਂ ਲੈਪੜ ਗਏ ਭਿੱਖੀਆਂ ਵਾਲੇ, 6-7 ਕੋ ਪੰਜ ਸੀ ਭਿੱਖੀਆਂ ਵਾਲੇ, ਜੇ ਲੈਪੜ ਗਏ ਤਾਂ ਉੱਥੇ ਆਖਣ ਗਏ ਵੀ ਹੁਣ ਘੋੜੀਆਂ 'ਤੇ ਜਾਓ, ਆਪਣਾ ਡੇਰੇ 'ਤੇ ਡੇਰੇ 'ਤੇ ਜਾਓ। ਅਤੇ ਜਿਹੜੇ ਦੁਆਲੇ ਸਨ ਝੱਲੀਆਂ ਵਾਲੇ, ਉਹ ਮੁਸਲਮਾਨ ਜਿਹੜਾ ਸੀ, ਉਹਦਾ ਨਾਂ ਸੀ ਮਾਮਦੀਨ। ਠੀਕ ਹੈ। ਉੱਥੇ ਅਸਾਂ ਪਹਿਲੀ ਲਈ ਸੀ, ਮੁਸਲਮਾਨਾਂ ਦੀ ਪਹਿਲੀ ਸੀ, ਉਹਨੇ ਨਾਨਕਿਆਂ ਦੀ ਮਿਲੀ ਸੀ, ਮੁਸਲਮਾਨ ਸਨ 2 ਭਰਾ, ਉਹਨਾਂ ਪਹਿਲੀ ਸਾਨੂੰ 12 ਕਿੱਲੇ ਦੇ ਦਿੱਤੀ, ਬਿਨਾਂ ਪੈਸਿਆਂ ਤੋਂ ਰਿਸ਼ਤੀ ਕਰਤੀ। ਠੀਕ ਹੈ। ਵੀ ਤੁਸੀਂ ਰਿਸ਼ਤੀ ਕਰਾ ਲਓ, ਕਬਜ਼ਾ ਲੈ ਲਵੋ, ਸਾਨੂੰ ਪੈਸੇ ਫਿਰ ਦੇ ਦਿਆ ਜੇ। ਅੱਛਾ, ਉਹ ਪੈਲੀ ਦਾ ਪਾਣੀ ਦਾ ਰੌਲਾ ਬਣਾ, ਅਤੇ ਉਦੋਂ ਮਿਰਜ਼ੇ ਦਾ ਬਹਾਦਰ ਸਿੰਘ ਆ ਰੋਡ ਬੈਠੇ ਇੱਥੇ ਨੇੜੇ ਨੇ, ਉਹਦੇ ਉਹ ਆਪ ਤਾਂ ਮਰ ਗਏ, ਉਹਦੇ ਮੁੰਡੇ ਵੀ ਮਰ ਗਏ ਨੇ, ਉਹ ਨੱਸਿਆ ਸੀ, ਉਹਨੇ ਕਤਲ ਕੀਤਾ ਹੋਣਾ। ਅਤੇ ਇੱਕ ਆਸਾ ਸਿੰਘ ਕੜਿਆਲੀਆ ਸੀ, ਉਹ ਵੀ ਨੱਸਿਆ ਸੀ, ਇੱਕ ਸਾਡੇ ਮਾਮਾ ਸੀ ਮੂਲਾ ਸਿੰਘ, ਉਹ ਵੀ ਨੱਸਿਆ ਹੋਣਾ। ਅੱਛਾ, ਸਾਡਾ ਪਾਣੀ ਦੀ 8 ਦੀ ਵਾਰੀ ਲੱਗਦੀ ਸੀ ਪਾਣੀ ਦੀ, ਜਦੋਂ ਸਾਡੀ ਵਾਰੀ ਲੱਗਣੀ ਨਾ, ਇਹ ਸਾਡੇ ਪ੍ਰਾਹੁਣੇ ਸਨ। ਠੀਕ ਹੈ। ਅਤੇ ਇਹ ਲੱਗੇ ਜਾਣ ਲੁੱਡੇ ਕਾਠੀਆਂ ਪਾਉਣ ਲੱਗੇ, ਅਤੇ ਵੱਡੇ ਭਰਾ ਨਾ ਧਿਆਨ ਸਿੰਘ ਦੀ, ਉਹ ਆਉਂਦਾ, ਮਾਮਾ ਵੀ ਅੱਜ ਸਾਡੀ ਵਾਰੀ ਲੱਗਣੀ ਅਤੇ ਸਾਡੀ ਲੜਾਈ ਹੋਣੀ ਰਾਤ ਨੂੰ, ਅਤੇ ਤੁਸੀਂ ਰਵੋ ਉੱਥੇ। ਅੱਛਾ, ਉਹਨਾਂ ਬੰਦੇ ਜੋੜੇ ਨੇ ਅਤੇ ਲੜਾਈ ਲੱਗਣੀ ਹੈ, ਕੀ ਪਤਾ 100-125 ਬੰਦਾ ਉਹਨਾਂ ਜੋੜਿਆ ਹੈ, ਅਸੀਂ ਤਾਂ ਸਾਰੇ 20-25 ਹਾਂ, ਅਤੇ ਤੁਸੀਂ ਰਹਿ ਜਾਓ। ਉਹਨਾਂ ਕਿਹਾ ਵੀ ਸਾਡੇ ਕੋਲ ਪੱਕੇ ਹਥਿਆਰ, ਪੱਕੀਆਂ ਬੰਦੂਕਾਂ ਨੇ, ਪਿਸਤੌਲ ਨੇ ਪੱਕੇ, ਅਤੇ ਤੁਹਾਨੂੰ ਪੁਲਿਸ ਤੰਗ ਕਰੇਗੀ, ਅਸੀਂ 17 ਹਾਂ ਮੁਲਜ਼ਮ ਹਾਂ ਗੌਰਮੈਂਟ ਦੀ। ਉਹਨਾਂ ਕਿਹਾ ਸਾਨੂੰ ਨਹੀਂ ਪੁਲਿਸ ਪੁੱਛਦੀ। ਜਲਣ ਜਿਹੜੀ ਚੌਂਕੀ ਸੀ, ਮੁਸਲਮਾਨ ਵਾਲਦਾਰ ਸੀ, ਉਹ ਸਾਡੀ ਮੱਝ ਪੀਂਦਾ ਸੀ। ਅੱਛਾ, ਉਹਦੇ ਨਾਲ ਮੱਝ ਸੀ, ਉਹ ਮੱਝ ਪੀਂਦਾ ਸੀ, ਸਾਨੂੰ ਉਹਨੇ ਕੀ ਪੁੱਛਣਾ ਸੀ। ਲਓ ਜੀ, ਉਹ ਨਾ ਰਾਤ ਫਿਰ ਵਾਰੀ ਲੱਗੀ ਨਾ, ਫਿਰ ਉਹ ਮੁਸਲਮਾਨ ਜੀ ਉਹਨਾਂ ਨੇ ਹਮਲਾ ਹਰਤ ਕੀਤਾ। ਅੱਛਾ, ਇੱਧਰੋਂ ਸਾਡਿਆਂ ਕੋਲ ਇਹਨਾਂ ਪੱਕੀਆਂ ਬੰਦੂਕਾਂ ਚਲਾਈਆਂ,
ਨੇਰੀ ਰਾਤ ਪੱਕੀ ਚੱਲਦੀ ਨਾ ਗੋਲੀ, ਇਹ ਫਿਰ ਦੂਰੋਂ ਚਮਕਦੀ ਲਿਖੀ ਜਾਂਦੀ ਹੈ, ਜਾਂਦੀ ਦਿਸਦੀ ਹੈ। ਫਿਰ ਸਾਡੇ ਕੋਲ ਤਾਂ ਮੁਸਲਮਾਨ ਡਰਦੇ ਸਨ, ਜਿਸ ਵਾਸਤੇ ਸਾਨੂੰ ਤਾਂ ਦੱਸਿਆ ਵੀ ਅਸੀਂ ਆਖਣਗੇ ਵੀ ਆਖਣਗੇ ਵੀ ਇਹਨਾਂ ਨੂੰ ਉਦੋਂ ਪਾ ਗਏ ਜਦੋਂ ਸਾਰਾ ਪਿੱਛਾ ਵਿਹਲਾ ਹੋ ਜਾਏਗਾ ਨਾ, ਮਿੰਟ ਨਹੀਂ ਲੈ ਕੇ ਪਾ ਗਏ ਇਹਨਾਂ ਹਥਿਆਰ ਨੇ, ਹਥਿਆਰ ਤਾਂ ਬਗਾਨੇ ਸਨ ਉਹਦੇ ਟੁਰ ਗਏ ਚਲਾ ਕੇ। ਅੱਛਾ, ਉਦੋਂ ਪਹਿਲੋਂ ਕਹਾਂ ਰੌਲਾ ਪਿਆ ਸਾਡਾ, ਉਦੋਂ ਵੀ ਅਸਾਂ ਜ਼ਮੀਨ ਦਾ ਕਬਜ਼ਾ ਲਿਆ ਸੀ, ਉਦੋਂ ਵੀ ਸਾਡੇ ਪੱਕੇ ਹਥਿਆਰ ਚੱਲੇ ਸਨ। ਯਾਨੀ ਸਾਡੇ ਬਜ਼ੁਰਗ ਜਿਹੜੇ ਸਨ ਨਾ, ਉਹ ਆਪਣੇ ਆਪ ਨੂੰ ਕਈ ਦੇ ਪਾਉਂਦੇ ਸਨ, ਬਿਲਕੁਲ ਬੰਨੇ ਅੰਦਰ ਬੰਦਿਆਂ ਨਾਲ ਪਿਆਰ ਲਿਆਜ। ਅਤੇ ਫਿਰ ਜਿਹੜਾ ਵਰਕੈਟ ਟੱਪਾ ਸੀ ਇਹਨਾਂ ਨਾਲ ਸਾਡੀਆਂ ਰਿਸ਼ਤੇਦਾਰੀਆਂ ਸਨ। ਠੀਕ ਹੈ, ਅੱਛਾ ਹੁਣ ਦੱਸੋ। ਨਹੀਂ ਲੇਕਿਨ ਇਹ ਦੱਸੋ ਨਾ, ਹਾਂਜੀ ਆਪਾਂ ਅੱਛੇ ਭਲੇ ਉੱਥੇ ਰਹਿ ਰਹੇ ਸੀਗੇ, ਸਾਨੂੰ ਕਿਸ ਨੇ ਕਿਹਾ ਕਿ ਤੁਸੀਂ ਇੱਥੇ ਜਾਣਾ ਹੈ? ਇਹ ਹੋਇਆ ਕਿੱਦਾਂ, ਕਿੱਦਾਂ ਚਿੰਗਾਰੀ ਫੁੱਟੀ? ਇਹ ਚਿੰਗਾਰੀ ਮੁੱਢ ਮੁੱਢ ਸੁਣਨਾ ਜੇ ਚਿੰਗਾਰੀ ਦਾ, ਮੁੱਢ ਤਾਂ ਮਾਸਟਰ ਤਾਰਾ ਨੇ ਸੱਟਿਆ ਸੀ, ਉਹ ਤਾਂ ਸਾਨੂੰ ਵੀ ਪਤਾ ਹੈ, ਲੇਕਿਨ ਆਪਣੇ ਪਿੰਡ 'ਚ ਆਪਣੇ ਘਰਦਿਆਂ ਨੂੰ ਕਿਹਨੇ ਗਿਆ? ਨਹੀਂ ਸਾਡੇ ਗੱਲ ਇਹ ਸਨ, ਗੱਲ ਨੂੰ ਮੁੱਢੋਂ ਛੇੜੋ ਨਾ, ਇਹ ਪਾਕਿਸਤਾਨ ਦਾ ਰੌਲਾ ਪਿਆ ਸੀ ਜਿਸ ਵੇਲੇ ਹਿੰਦੁਸਤਾਨ ਆਜ਼ਾਦ ਹੋ ਗਿਆ ਨਾ, ਅਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਆਖਿਆ ਵੀ ਤੁਸੀਂ ਹਿੰਦੂ ਆਪਣਾ ਲੈ ਲਓ, ਮੁਸਲਮਾਨ ਆਪਣਾ ਲੈ ਲਓ, ਸਿੱਖ ਆਪਣਾ ਲੈ ਲਓ। ਠੀਕ ਹੈ, ਯਾਨੀ ਸਿੱਖ ਜਿਹੜੇ ਸਨ ਇਹਨਾਂ ਜਵਾਹਰ ਲਾਲ ਨਾਲ ਸਹਿਮਤ ਹੋ ਗਏ ਵੀ ਅਸੀਂ ਅੱਗੇ ਨਾਲ ਨਹੀਂ ਹੋਣਾ। ਉੱਥੇ ਫਿਰ ਫੱਗਣ ਦੇ ਵਿੱਚ ਜਨਾਨੀਆਂ ਦੇ ਥਾਣ ਵਡੀਚੇ ਅਸਾਂ ਵੇਖੇ ਨੇ, ਉਦੋਂ ਜੇ ਲਾਉਂਦੀਆਂ ਨਾ, ਅਤੇ ਸਾਡੇ ਕੋਲ ਤਾਂ ਆਰਾਮ ਸੀ, ਲੜਾਈ ਕੋਈ ਨਹੀਂ ਸੀ। ਮੈਂ ਛੋਟਾ ਜਿਹਾ ਸਾਂ ਫੱਗਣ 'ਚ ਗੱਡੇ 'ਤੇ ਗਿਆ, ਮੈਂ ਭਾਅ ਵੇਚਣ ਗਏ। ਅੱਛਾ, ਅਤੇ ਉੱਥੇ ਉਹ ਕਰਦੇ ਸਨ ਜਨਾਜ਼ਾ ਕੱਢਦੇ ਸਨ, ਖਿਦਰ ਜਾਤ ਵਜ਼ੀਰ ਜਿਹੜਾ ਸੀ ਪੰਜਾਬ ਦਾ ਸੀ, ਮਰ ਗਿਆ ਖਿਤਰੂ ਆਇਆ, ਮਰ ਗਿਆ ਖਿਤਰੂ ਆਇਆ, ਜਿਵੇਂ ਕਰਦੇ ਨੇ ਜਿਹੜਾ। ਅੱਛਾ, ਉਹ ਸਾਨੂੰ ਕਿਉਂ ਪਤਾ ਸੀ ਕੀ ਗੱਲ ਹੈ, ਖਿਦਰ ਜਾਤ ਆਉਂਦਾ ਸੀ ਇਹ, ਯਾਨੀ ਅਸੀਂ ਵੱਖਰਿਆ ਨਹੀਂ ਹੋਣਾ। ਠੀਕ ਹੈ, ਅਤੇ ਉਹ ਨਾ ਫਿਰ ਜੇ ਜ਼ਿਆਦਾ ਗਦਰ ਮੱਚਿਆ, ਜ਼ਿਆਦਾ ਗਦਰ ਮੱਚਿਆ, ਅਤੇ ਜ਼ਿਆਦਾ ਗਦਰ ਤੋਂ ਫਿਰ ਮਾਸਟਰ ਗਾਂਧੀ ਮਹਾਤਮਾ ਨੇ ਆਖਿਆ ਇੱਕ ਬਾਪ ਕੇ ਬੇਟੇ ਦੋ ਹੁੰਦੇ ਨੇ, ਘਰ ਤੋਂ ਅੱਡਰਿਆਂ। ਅੱਛਾ, ਜਿਹੜੇ ਆਵਾਜ਼ ਇਹ ਆ ਗਈ ਅੱਡਰਿਆਂ ਜਾ ਹੋ ਜਾਣ ਵਾਲੀ, ਫਿਰ ਸ਼ਾਂਤੀ ਹੋ ਗਈ, ਫਿਰ ਫੱਗਣ ਲੱਗਾ, ਫਿਰ ਚੇਤਰ ਲੱਗਾ, ਵਿਸਾਖ ਲੱਗਾ, ਜੇਠ ਲੱਗਾ, ਹਾੜ ਲੱਗਾ, ਫਿਰ ਮੁੰਜੀ, ਫਿਰ ਪਾਧਰੋਂ ਮੁੰਜੀ ਅੱਧ ਪਾਧਰੋਂ, ਫਿਰ ਜਿੱਥੇ ਇਹਨਾਂ ਹੱਦਬੰਦੀ ਬੱਧੀ ਇਹਨਾਂ ਲਾਹੌਰ ਪਾਇਆ ਗਏ ਅੰਦਰ ਹੀ, ਅਸੀਂ ਅੰਦਰ ਬੈਠੇ ਸੀ, ਹੱਦਬੰਦੀ ਮੰਨੀ ਗੱਲ ਕਰੀਏ, ਅਤੇ ਉੱਥੇ ਬੰਨਿਆ ਬੰਨਾ ਝੰਡਾ ਚਾੜ ਲੱਕ ਬਣਦਾ ਜਾਂ ਨਹੀਂ ਬਣਦਾ, ਇਹ ਨਿਕਲਿਆ, ਮੈਂ ਨਹੀਂ ਮਨਸਾ, ਮੈਂ ਨਹੀਂ ਮਨਸਾ, ਇਹਨੇ ਝੰਡਾ ਵੱਟ ਛੱਡਿਆ, ਇਹਨੇ ਝੰਡਾ ਵੱਟਦਾ, ਦੁਨੀਆ ਪੂਤ ਗਈ, ਤਾਰਾ ਸਿੰਘ ਨੇ, ਤਾਰਾ ਸਿੰਘ ਦੁਨੀਆ ਪੂਤ ਗਈ, ਕਮੀਨ ਪੂਤੇ ਵੀ ਕਿੱਥੇ ਖਲੋਂਦੇ ਸਨ, ਜਦੋਂ ਪੂਤ ਜਿਹਾ ਆਦਮੀ ਦੇ ਕੀ ਦੋ ਚਾਰ ਆਖੇ ਲੱਗਦੇ ਨੇ, ਉਹ ਸਾਨੂੰ ਤਾਂ ਤਾਂ ਨਿਕਲਣਾ ਪਿਆ। ਸਾਡੇ ਪਿੰਡ ਨੇ ਮੁਕਾਬਲਾ ਕੀਤਾ ਜਦੋਂ ਇੱਧਰੋਂ ਗੋਲੀ ਚਲਾਈ ਨਾ, ਇਹਨਾਂ ਦਾ ਬਾਬਾ ਜਿਹੜਾ ਸੀ ਨਾ, ਉਹਨਾਂ ਕੋਲ ਬੰਦੂਕ ਹੁੰਦੀ ਸੀ, ਉਹ ਮਿਲਟਰੀ 'ਚੋਂ ਆਏ ਹੋਏ ਸੀ ਰਿਟਾਇਰ ਹੋ ਕੇ, ਉਹਨਾਂ ਪਹਿਲੋਂ ਗੋਲੀ ਮਾਰੀ ਅਤੇ ਗਾਂ ਦੇ ਵੱਜੀ ਜਾ ਕੇ। ਅੱਛਾ, ਬਸ ਉਦੋਂ ਫਿਰ ਹੌਂਸਲੇ ਛੱਡ ਦਿੱਤੇ, ਅਸੀਂ ਫਿਰ ਇੱਥੇ ਕਾੜੇ ਹੋਏ, ਕਾੜਾ ਸ਼ਹਿਰ ਸੀ, ਹਾਂਜੀ, ਉੱਥੇ ਫਿਰ ਅਸੀਂ ਇਕੱਠੇ ਹੋਏ ਹਾਂ। ਅੱਛਾ, ਅਜੇ ਸਾਰਾ ਉਹ ਸ਼ਹਿਰ ਵੀ ਨਾ ਉੱਦਾਂ ਹੀ ਬੈਠਾ ਸੀਗਾ, ਕਾੜਾ ਸ਼ਹਿਰ, ਫਿਰ ਅਸੀਂ ਉੱਥੇ 20-22 ਦਿਨ ਰਹੇ ਉੱਥੇ ਹੀ। ਠੀਕ ਹੈ, ਫਿਰ ਉਹ ਸਾਡੇ ਉੱਥੋਂ ਹੁੰਦਿਆਂ ਤੋਂ ਹੀ ਨਾ ਕਾੜਾ ਸ਼ਹਿਰ ਖਾਲੀ ਹੋਇਆ, ਉੱਜੜਿਆ, ਸਭ ਕੁਛ ਛੱਡ ਕੇ ਉਹ ਵੀ ਤੁਰ ਪਏ ਹੁੰਦੇ, ਕੋਈ ਪਾਣੀ ਨਾ ਕੁਛ ਨਹੀਂ, ਜਿਹੜਾ ਉਹਦੇ ਵਿੱਚ ਗੱਡੀ ਦੇ ਟਬਲਟਾਂ 'ਚ ਪਾਣੀ ਹੁੰਦਾ ਉਹ ਪਾਣੀ ਪੀ ਪੀ ਕੇ ਟਾਈਮ ਪਾਸ, 30 ਦਿਨ ਇੱਥੇ ਆਏ ਅਸੀਂ। ਤੁਸੀਂ ਫੱਗਣ ਦੀ ਗੱਲ ਕਰ ਰਹੇ ਸੀਗੇ, ਅਤੇ ਫੱਗਣ ਦੀ ਗੱਲ ਜੇ ਕਰੀਏ ਤਾਂ ਜਿਹੜੀ ਮੇਰੀ ਸੁਣੀ ਸੁਣਾਈ ਹੈ, ਤਾਂ ਫੱਗਣ 'ਚ ਜਿਹੜਾ ਰਾਵਲ ਪਿੰਡੀ ਵਾਲਾ ਇਲਾਕਾ ਸੀਗਾ, ਉੱਥੇ ਬੜਾ ਵਾਹ ਵਾਹ ਪੰਗਾ ਸ਼ੁਰੂ ਹੋ ਗਿਆ ਸੀਗਾ। ਰਾਵਲ ਪਿੰਡੀ, ਤੁਹਾਡਾ ਪੰਜਾ ਸਾਹਿਬ, ਪਹਾੜੀ ਇਲਾਕੇ ਸਾਰੇ ਜੋ ਹੈ ਜੀ, ਬਿਲਕੁਲ ਰਾਵਲ ਪਿੰਡੀ ਦਾ ਪੂਰਾ ਹੀ ਪਹਾੜੀ ਸੀਗਾ। ਕਾਬਲ 'ਚ, ਕਾਬਲ ਤੋਂ ਪਹਿਲਾਂ ਪਹਿਲਾਂ ਸਿੱਖ ਜਿਹੜਾ ਪਾਪੇ ਜਿਹੜੇ ਉੱਧਰੋਂ ਆਏ ਵੇ ਨੇ, ਇਹਨਾਂ ਨਾਲ ਬੁਰੀ ਕਾਰਵਾਈ ਹੈ। ਸਭ ਤੋਂ ਜ਼ਿਆਦਾ ਜਿਹੜੀ ਹੋਈ ਹੈ ਉਹ ਰਾਵਲ ਪਿੰਡੀ ਦੇ ਬੰਦਿਆਂ ਨਾਲ ਹੋਈ ਸੀ, ਜ਼ਿਆਦਾ ਹੋਈ ਹੈ ਜੀ ਬਹੁਤ ਉੱਧਰ। ਮਤਲਬ ਜਿਹੜੀ ਮੈਂ ਜਾਣਨਾ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਮੈਂ ਸੁਣੀ ਹੈ, ਫੱਗਣ ਸ਼ੁਰੂ ਵੀ ਨਹੀਂ ਹੋਇਆ ਸੀਗਾ ਪਹਿਲਾ ਹਫ਼ਤਾ, ਪਹਿਲਾ ਪੀ ਲਾ ਲਓ, ਯਾਨੀ ਬਹੁਤ ਬੁਰੀ ਹੋਈ ਜੀ ਜੀ। ਅਤੇ ਉਸ ਤੋਂ ਬਾਅਦ 5 ਮਹੀਨੇ, ਪੰਜ ਮਹੀਨੇ ਲੱਗ ਗਏ ਤੁਹਾਡੇ ਤੱਕ ਖ਼ਬਰਾਂ ਆਉਂਦੇ? ਜਾਂ ਇਹ ਤਰ੍ਹਾਂ ਹੋ ਗਈ ਸੀ, ਫਸਲ ਬੀਜੇ ਨੇ ਇੱਕ ਦੂਜੇ ਲੈਣ ਦੇਣ, ਪੰਜਾਬ 'ਚ ਰੌਲਾ ਸੀ ਕੋਈ ਨਾ। ਅੱਛਾ,
ਪੰਜਾਬ ਦੀ ਰੌਲਾ ਕੋਈ ਨਹੀਂ ਸੀ। ਇਹ ਜਿਹੜਾ ਤੁਸੀਂ ਜਿਹੜੀ ਗੱਲ ਕਰਦੇ ਹੋ ਨਪਏ ਫੱਗਣ ਵਾਲਾ ਰੌਲਾ, ਇਹ ਪਹਾੜੀ ਇਲਾਕੇ ਹੀ ਸੀ। ਪੰਜਾਬ ਨੂੰ ਪਤਾ ਵੀ ਨਹੀਂ ਸੀ, ਪੰਜਾਬ 'ਚ ਖਿਤਰ ਜਾ ਮਾਲਕ ਸੀ, ਉਸ ਮਿਨਿਸਟਰ ਸੀ, ਉਹਦਾ ਇਹ ਵੱਖਰੇ ਹੋਣਾ ਹੀ ਨਹੀਂ। ਫਿਰ ਗਾਂਧੀ ਦੇ ਜਿੰਨਾ ਵਾਲਾ ਸਮਝੌਤਾ, ਉਹ ਤਾਂ ਫਿਰ ਸਾਡੇ ਜ਼ਿਆਦਾ ਹੀ ਦੁਨੀਆ ਦਾ ਨੁਕਸਾਨ ਹੋਇਆ। ਥਣ ਜਨਾਨੀਆਂ ਦੇ ਵਡੀਚੇ, ਬੁਰੇ ਹਾਲ ਹੋਏ, ਬਾਂਕੇ ਦਿਹਾੜੇ ਹੋਏ। ਫਿਰ ਗਾਂਧੀ ਸੋਚਿਆ ਤਾਂ ਕੰਮ ਮਾੜਾ ਬਣਿਆ, ਅਤੇ ਇਹ ਨਹੀਂ ਮੰਨਦਾ, ਦੇ ਛੱਡੋ। ਜਦੋਂ ਉਹਨੂੰ ਮਿਲ ਗਿਆ ਬੱਚੇ ਨੂੰ ਦੇ ਦਿਆਂਗੇ, ਫਿਰ ਸ਼ਾਂਤੀ ਹੋ ਗਈ। ਉਹ ਪਾਪੇ ਤਾਂ ਪਟਿਆਲੇ ਆ ਗਏ ਸਨ, ਜਦੋਂ ਸਾਡੇ ਤੋਂ ਪਹਿਲਾਂ ਉਹਦੀ ਟੋਰੇ ਕੋਈ ਪਟਿਆਲੇ ਆ ਗਿਆ, ਵੜ ਗਿਆ ਕੋਈ ਕਿਤੇ, ਕੋਈ ਵਿਚਾਰੇ ਉੱਥੇ ਰਹਿ ਗਏ। ਫਿਰ ਆਪਣੇ ਘਰ ਤੱਕ ਕਿੱਦਾਂ ਹੈ, ਆਪਣੇ ਪਿੰਡ ਤੱਕ ਕਿੱਦਾਂ ਹੈ ਖਬਰ ਪਹੁੰਚੀ ਕਿ ਨਹੀਂ ਆਪਾਂ ਨੂੰ ਵੀ ਇੱਥੋਂ ਜਾਣਾ ਪੈਣਾ ਹੈ? ਆਪਾਂ ਨੂੰ ਜਾਣ ਵਾਲੀ ਗੱਲ ਤਾਂ ਸਨ ਸਾਡਾ ਬਣੀ ਵੀ ਜਿਹੜੇ ਸਨ ਪਿਛਲੇ ਪਿੰਡ ਸਾਤੋਂ ਦਸ ਬਾਰਾਂ ਕੋਪੀਆਂ ਪੀਆਂ, ਠੀਕ ਹੈ, ਉਹਨਾਂ ਪਿੰਡਾਂ ਦੇ ਵਿੱਚ ਮੁਸਲਮਾਨ ਇਕੱਠੇ ਹੋ ਕੇ 200-400 ਇਕੱਠੇ ਪਿੰਡ ਨੂੰ ਅੱਗ ਲਾ ਦਿੱਤੀ। ਅੱਛਾ, ਉਹ ਪਿੰਡ 'ਤੇ ਉੱਜੜ ਗਿਆ ਅਤੇ ਫਿਰ ਦੂਜੇ ਨੂੰ ਲਾ ਦਿੱਤੀ, ਫਿਰ ਤੀਜੇ ਨੂੰ ਲਾ ਦਿੱਤੀ। ਜਿਸ ਲੱਗਾਂ ਲਾਗਣ ਲੱਗ ਗਈਆਂ ਅਤੇ ਸਾਡੇ ਫਿਰ ਬਾਪ ਨੇ ਸਾਡੇ ਜੀ ਨੇ ਸਲ ਪਿੰਡ ਪੀਲਾ ਸਲ ਦੀ ਡੇਲੇ ਸਲ ਇਹਨਾਂ ਡੇਲੀ ਵੀ ਲੋਕ ਮੋਏ ਸਨ, ਬੰਦੇ ਮਰ ਰਹੇ ਸਨ। ਸਾਡੇ ਫਿਰ ਬਾਪੂ ਨੂੰ ਬੰਦੇ ਲੈ ਜਾਂਦੇ ਆਪਣੇ ਡੇਰੇ 'ਤੇ, ਡੇਰੇ 'ਤੇ ਫਿਰ ਆਖਣ ਕੇ ਦੋ ਦਿਨ ਚਾਰ ਦਿਨ ਜੀ ਇਕੱਠੇ ਹੋਏ ਵੀ ਚਲੋ। ਦੋ ਮੁਸਲਮਾਨ ਸਨ, ਇੱਕ ਤਾਂ ਦੱਸਿਆ ਤੁਹਾਨੂੰ ਸਦੀਕ ਸੀ ਅਤੇ ਇੱਕ ਨਵਾਬ ਔਰ ਸੀ, ਉਹ ਮੀਟਿੰਗ ਗਏ ਸਨ, ਠੀਕ ਹੈ। ਉਹਨਾਂ ਸਾਨੂੰ ਆ ਕੇ ਆਖਿਆ ਵੀ ਸਾਨੂੰ ਸੁਆ ਉਹਨਾਂ ਬੜੀਆਂ ਚੁਕਾਈਆਂ ਨੇ ਅਤੇ ਤੁਸੀਂ ਬਾਲ ਬੱਚਾ ਡੇਰੇ 'ਤੇ ਨਾ ਸੁਆਇਆ ਕਰੋ, ਕਪਾਹ ਸੁਆ ਲਿਆ ਕਰੋ, ਠੀਕ ਹੈ, ਫਸਲਾਂ 'ਚ। ਬਾਪੂ ਨੇ ਆਖਿਆ ਵੀ ਬਣਿਆ ਤਾਂ ਮੇਰਾ ਭਰਾ ਹੈ ਅਤੇ 24 ਘੰਟੇ ਰੋਟੀ ਇਕੱਠੀ ਖਾਂਦੇ ਹਾਂ, ਅਤੇ ਮੇਰਾ ਬਾਲ ਬੱਚਾ ਮਰ ਜਾਵੇਗਾ ਤੇਰੀ ਸਹੁੰ ਕੀ ਕਰੇਗੀ? ਉਹਨੇ ਫਿਰ ਦੱਸਿਆ ਉਸ ਗਾ ਤੁਹਾਨੂੰ ਉਹਨਾਂ ਜਦੋਂ ਪਿੱਛੋਂ ਸਾਰੀ ਦੁਨੀਆ ਨਿਕਲ ਗਈ ਨਾ ਤੁਹਾਨੂੰ ਉਹਨਾਂ ਮਿਲਟਰੀ ਲੈ ਕੇ ਫਿਰ ਪੈਣਾ ਹੈ। ਅੱਛਾ, ਹੈ ਅਸੀਂ ਵੀ ਫਿਰ ਤੁਰ ਆਏ। ਜਦੋਂ ਅਸੀਂ ਆਏ ਹਾਂ ਨਾ ਉਸ ਵੇਲੇ ਜਲਣ ਖਾਲੀ ਹੋ ਗਿਆ ਸੀ, ਠੀਕ ਹੈ। ਜਲਣ ਵਾਲੀ ਜਿਹੜੀ ਪੁਲਿਸ ਸੀ ਨਾ ਉਹਨਾਂ ਬੰਦੂਕਾਂ ਦੇ ਦਿੱਤੀਆਂ ਸਰਦਾਰਾਂ ਨੂੰ, ਪੁਲਿਸ ਨੇ ਚਾਰ ਖੇਡੀ, ਚਾਰ ਅਗਾਂ ਵੀ ਸੁਣ ਲਓ ਨਾ, ਬੰਦੂਕਾਂ ਦੇ ਦਿੱਤੀਆਂ, ਲਓ ਬੰਦੂਕਾਂ ਰਹੋ ਤੁਸੀਂ ਅਤੇ ਇੱਥੇ ਬੰਦੇ ਜਿਹੜੇ ਪਿੱਛੋਂ ਬੰਦੇ ਉਹਨਾਂ ਨੂੰ ਇੱਥੇ ਆਪਣੇ ਕੋਲ ਲੈ ਆਓ, ਠੀਕ ਹੈ। ਉਹ ਜਿਹੜੇ ਬੰਦੇ ਸਨ ਨਾ ਉਹ ਬੰਦੇ ਜਿਹੜੇ ਪਿੱਛੋਂ ਉਹ ਨਾ ਉਹਨਾਂ ਹੋ ਕੇ ਸਾਡੇ ਕੋਲ ਆ ਜਾਓ, ਆਉਂਦੇ ਰਹੇ, ਕੋਈ ਗਿਆ ਕੋਈ ਨਾ ਗਿਆ, ਸਾਡਾ ਜਿਹੜੇ ਬਾਪ ਲੈ ਕੇ ਆਇਆ ਸਾਡੇ ਪਿੱਛੋਂ ਜੀ ਆਪਣੇ ਲੈ ਕੇ ਆਇਆ, ਇਹਨੂੰ ਆਉਂਦਾ ਸਾਡੇ ਕੋਲ ਬੰਦੇ ਛੱਡ ਜਾਓ, ਤੁਹਾਡਾ ਡੇਰਾ ਆਇਆ ਅਤੇ ਉੱਥੇ ਇੰਨੀ ਜੀ ਕਿਵੇਂ ਸੌਂਦੇ, ਠੀਕ ਹੈ। ਸਕਿਆ ਗੱਲ ਸੁਣੋ, ਤੁਹਾਨੂੰ ਅੰਨੇ ਲੋਕ ਆਉਂਦੇ ਨੇ, ਅੱਖੀ ਤਾਂ ਤੁਹਾਡੀਆਂ ਦੋ ਐਨ ਅੰਨੇ ਕਿਉਂ ਆਉਂਦੇ ਨੇ? ਆਖੇ ਪਤਾ ਨਹੀਂ, ਉਸ ਕਰਕੇ ਤੁਹਾਡੇ ਕੰਮ ਅੰਨੇ ਨੇ। ਅੱਛਾ, ਮੁਸਲਮਾਨਾਂ ਦੀਆਂ ਬੰਦੂਕਾਂ ਪੁਲਿਸ ਦੀਆਂ, ਕਿਸੇ ਕੰਮੀ ਕੋਈ ਸ਼ਰਾਰਤ ਖਿਲਾਉਣ ਦੀਆਂ ਅਤੇ ਬੰਦੂਕਾਂ ਤਲਾ ਲੈਂਦੀਆਂ, ਬਿਲਕੁਲ, ਅਤੇ ਤੁਹਾਨੂੰ ਐਨ ਮਾਰਨ ਦੇ ਲੁੱਟ ਕੇ ਨੰਗਿਆਂ ਕਰਕੇ ਮਾਰਨ ਲਈ ਤੁਹਾਡੇ ਕੋਈ ਚੀਜ਼ ਨਾ ਛੱਡਣ ਦੇ। ਲਓ ਜੀ ਫਿਰ ਆ ਗਏ, ਫਿਰ ਕਈ ਜੀ ਰਹਿ ਗਏ। ਅੱਛਾ, ਨਹੀਂ ਉਹਨਾਂ ਨੇ ਜਦੋਂ ਤੁਹਾਨੂੰ ਬੰਦੂਕਾਂ ਦੇ ਦਿੱਤੀਆਂ ਫਿਰ ਤੁਸੀਂ ਬੰਦੇ ਸੱਦ ਲਏ? ਨਾ ਜੀ, ਬੰਦੇ ਅਸੀਂ ਲੈ ਜਾਂਦੇ, ਬੰਦੇ ਉਹਨਾਂ ਦੇ ਆਖੇ ਨਹੀਂ ਲੱਗਣ ਦਿੱਤੇ ਅਸਾਂ। ਅੱਛਾ, ਅਸਾਂ ਕਿਹਾ ਬੰਦੂਕਾਂ ਤਾਂ ਉਹ ਬੰਦੂਕਾਂ ਤਾਂ ਪੁਲਿਸ ਵਾਲੇ ਲੈ ਲਈਆਂ, ਦੂਜੇ ਦਿਨ ਹੀ ਸਵੇਰੇ, ਠੀਕ ਹੈ, ਬੰਦੇ ਨਹੀਂ ਅਸਾਂ ਜਾਣਤਾ ਉੱਧਰ, ਕੋਈ ਬਾਪੂ ਸਾਡੇ ਇੱਕ ਨਹੀਂ ਬੰਦਾ ਜਾਣਤਾ, ਕਹਿੰਦਾ ਨਾ ਅੰਜ ਜਾਓ। ਅੱਛਾ, ਹੌਲੀ ਹੌਲੀ ਜੇ ਬੰਦੇ ਕੋਈ ਚੱਬਰੀ ਆ ਗਿਆ, ਕੋਈ ਭਿੱਖੀਆਂ ਵਾਲੇ ਆ ਗਿਆ, ਕੋਈ ਵਰਨੀ ਆ ਗਿਆ, ਕੋਈ ਸਰਕੀ ਆ ਗਿਆ, ਕੋਈ ਝੂੜਕਾਣੇ ਆ ਗਿਆ, ਕੋਈ ਸੱਚੇ ਸੌਦੇ ਆ ਗਿਆ, ਕੋਈ ਪੰਡੋਰ ਆ ਗਿਆ, ਕੋਈ ਮਰੀਦਕੀ ਆ ਗਿਆ, ਬੰਦੇ ਇੱਧਰ ਵੜ ਗਏ ਆ ਕੇ, ਠੀਕ ਹੈ। ਸਾਰਾ ਜਿਹੜਾ ਗੁਜਰਾਂਵਾਲਾ ਜ਼ਿਲ੍ਹਾ ਸੀ ਨਾ ਉਹ ਸਾਰਾ ਸ਼ਿਵਪੁਰ 'ਚ ਆ ਕੇ ਵੜ ਗਿਆ ਜੀ। ਉੱਥੇ ਫਿਰ ਕੀ ਹੋਇਆ, ਸਾਡੇ ਫਿਰ ਬੰਦੇ ਇਕੱਠੇ ਹੋਏ, ਠੀਕ ਹੈ, ਕੋਈ ਤਾਂ ਆਖੇ ਮੇਰੇ ਜੀ ਰਹਿ ਗਏ ਨੇ, ਮੇਰਾ ਪਿਓ ਰਹਿ ਗਿਆ, ਕੋਈ ਆਖੇ ਮੇਰੀ ਮਾਇਆ ਰਹਿ ਗਈ ਹੈ, ਕੋਈ ਆਖੇ ਮੇਰਾ ਕੁਛ ਰਹਿ ਗਿਆ। ਆਪਣੇ ਕਿੰਨੇ ਟੱਬਰ ਸੀਗੇ? ਆਪ ਇੱਕ ਮਿੰਟ ਮੇਰੀ ਗੱਲ ਸੁਣ, ਫਿਰ ਪੁੱਛ ਲਿਆ ਜੀ। ਆਪਾਂ
ਜਦੋਂ ਪਾਕਿਸਤਾਨ ਜਾਂਦੇ ਸਨ ਨਾ, ਦੋ ਤੇ ਮੇਰੇ ਭਰਾ ਜਾਂਦੇ ਸਨ, ਠੀਕ ਹੈ, ਇੱਕ ਮੇਰਾ ਚਾਚਾ ਸੀ, ਬਾਕੀ ਸਾਡੇ ਰਿਸ਼ਤੇਦਾਰ ਸਨ, 40 ਬੰਦੇ ਸਨ ਸਾਡੇ, 40 ਦਾ ਗਰੁੱਪ ਸੀ। ਉਹਨਾਂ ਫਿਰ ਜਿਹੜੇ ਬੰਦਿਆਂ ਆਖਿਆ ਵੀ ਇਹ ਸਾਨਾ ਹੀ, ਜਿੰਨਾ ਤੁਹਾਡਾ ਸੋਨਾ ਰਹਿ ਗਿਆ, ਪੈਸੇ ਰਹਿ ਗਏ, ਅੱਧ ਦਿਓ। ਅੱਛਾ, ਇਹ ਕਹਿਣ ਵਾਲੇ ਕੌਣ ਸੀਗੇ? ਮੁਸਲਮਾਨ? ਹਾਂ, ਕੌਣ ਸੀਗਾ ਕਿ ਅੱਧ ਸਾਨੂੰ ਦਿਓ? ਜਿਹੜੇ ਸਾਡੇ ਬੰਦੇ ਸਨ। ਅੱਛਾ, ਜਿਹੜੇ ਸਾਡੇ ਬੰਦੇ ਤੁਹਾਨੂੰ ਦੱਸਿਆ 40 ਸਾਲ ਜਿਹੜਾ ਉਹਨਾਂ ਕਿਹਾ ਅੱਧ ਸਾਨੂੰ ਦਿਓ ਅਤੇ ਤੁਹਾਨੂੰ ਬੰਦੇ ਵੀ ਤੁਹਾਡੇ ਲਿਆ ਦੇਣ, ਤੁਹਾਡੀ ਮਾਇਆ ਵੀ ਲਿਆ ਦਿੰਦੇ ਹਾਂ। ਅੱਛਾ ਅੱਛਾ, ਉਹਨਾਂ ਕਿ ਜਾਓ, ਠੀਕ ਹੈ। ਫਿਰ ਜਾ ਕੇ ਜਿਲ ਨੂੰ ਬੰਦੇ ਲਿਆਉਂਦੇ, ਸਾਈ ਨੂੰ ਉਠਾਇਆ ਸੂਰਤਾਬਾਦ ਤੋਂ, ਠੀਕ ਹੈ, ਡੱਬੀ ਲਈ, ਉਹਨੂੰ ਪੁੱਛਿਆ ਵੀ ਦੱਸ ਕੀ ਪ੍ਰੋਗਰਾਮ ਹੈ। ਉਸ ਆਖਿਆ ਜੀ ਦੋ ਤੋਪਾਂ ਨੇ, ਇੱਕ ਅਫਸਾਬਾਦ ਵਾਲੇ ਰਾਹਤ ਨੇ, ਇੱਕ ਸੂਰਤਾਬਾਦ ਰਾਹਤ ਨੇ, ਅਤੇ ਘੰਟਾ ਘੰਟਾ ਨੇ ਉਹਨਾਂ ਦੁਬਾਰਾ ਚੱਲਦੀਆਂ। ਅੱਛਾ, ਅਸੀਂ ਉੱਥੋਂ ਦੇ ਪੇਤੀ ਸਾਂ, ਜਿਲ੍ਹਾ ਸਾਡੇ ਨਾਲ 'ਤੇ ਹੀ ਸੀ, ਜਿੱਥੇ ਸਾਡਾ ਡੇਰਾ ਸੀ ਉੱਥੋਂ ਸਾਰਾ ਦੱਕ ਮੀਲ ਸੀ। ਐ ਇੱਧਰ ਸਾਡਾ ਆਹ ਪੁਲ ਸੀ, ਆਹ ਪੁਲ ਇੱਥੇ ਮੜੀਆਂ ਹਨ, ਠੀਕ ਹੈ, ਇੱਥੇ ਖੂਹ ਸੀ ਬਾਗ ਵਾਲਾ, ਠੀਕ ਹੈ, ਬਾਗ ਵਾਲੇ ਖੂਹ 'ਤੇ ਘੋੜੀਆਂ ਬੱਧੀਆਂ, ਚੰਗਾ, ਅਤੇ ਦੋ ਤਰ੍ਹਾਂ ਬੰਦੇ ਘੋੜੀਆਂ ਕੋਲ ਰਹਿ ਗਏ, ਦੂਜੇ ਗਏ, ਉਹਨਾਂ ਅੱਗੇ ਗੜ੍ਹ ਜੋੜਿਆ, ਕੱਠ ਜੋੜਿਆ, ਅਤੇ ਵੱਟੇ ਬੂਟੇ ਜੋੜੇ, ਇੰਤਜ਼ਾਮ ਜੋੜਿਆ, ਉਹਨਾਂ ਨੂੰ ਕੀ ਪਤਾ ਸਿੱਖਾ ਪੈ ਜਾਣਾ, ਜੇ ਘੋੜੀਆਂ ਪਿੰਡ ਜਾਂਦੀਆਂ ਫਿਰ ਤਾਂ ਆਵਾਜ਼ ਜਾਂਦਾ ਪਿੰਡ 'ਤੇ ਕੁੜੀਆਂ ਗਈਆਂ ਨਾ। ਜਿਹੜੇ ਸਾਡੇ ਬੰਦੇ ਗਏ, ਇਹਨਾਂ ਆਖਿਆ ਜਿਹੜੇ ਜਕਾਰਾ ਛੜਾ ਦਸਵੇਂ ਪਾਤਸ਼ਾਹ ਦਾ, ਬੋਲੇ ਸੋ ਨਿਆਲ ਸਤਿ ਸ਼੍ਰੀ ਅਕਾਲ, ਉਹਨਾਂ ਐਲੀ ਐਲੀ, ਉਹਨਾਂ ਆਖਿਆ ਆਉਣ ਸਾਹਮਣੇ ਆਉਣ, ਅਸੀਂ ਤਾਂ 15 ਕੁ ਚੱਲ ਕੇ ਆਏ ਹਾਂ, 20 ਕੁ ਬਣਾ ਸੱਚਾ ਸੌਦਾ, 15-20 ਹੋਣਾ ਹੈ। ਉਸ ਕਹਿੰਦੇ 20-15 ਚੱਲ ਕੇ ਆਏ ਹਾਂ, ਆਓ ਬਾਹਰ, ਅਖੇ ਅਸੀਂ ਕੋਠਿਆਂ ਨਹੀਂ ਉਤਰਨਾ। ਉਸ ਕਹੇ ਫਿਰ ਲੜਾਈ ਕਾਹਦੀ ਹੋਈ ਤੁਹਾਡੀ ਸਾਡੀ? ਫਿਰ ਕੋਈ ਤਾਂ ਕਹੇ ਬੰਦੂਕ ਨਹੀਂ ਚੱਲਦੀ, ਕੋਈ ਕੁਛ, ਸਾਡਾ ਚਾਚਾ ਆਖਣਗਾ ਚੁੱਪ ਕਰੋ, ਸਾਨੂੰ ਬੰਦੂਕਾਂ ਦੀ ਲੋੜ ਨਹੀਂ, ਅਤੇ ਅਗਾਂਹ ਸਾਡੇ ਕੋਲ ਨੇ, ਕਿਰਪਾਨਾਂ ਕੋਲ ਨੇ। ਜਿਹੜੇ ਬੰਦੂਕਾਂ ਚੜੀਆਂ, ਮੋਰਚਾ ਟੁੱਟ ਗਿਆ, ਠੀਕ ਹੈ। ਫਿਰ ਕਈ ਛੱਪੜੇ ਵੜੇ, ਫਿਰ ਮੇਰੇ ਤੋਂ ਵੱਡੇ ਵੜ ਕੇ ਛੱਪੜੇ ਦੋ ਬੰਦੇ ਮਾਰੇ, ਅੱਛਾ, ਛੱਪੜ ਦੇ ਵਿੱਚ ਵੜ ਕੇ ਮਾਰੇ, ਫਿਰ ਲੁੱਟਿਆ ਸਾਰਾ ਪਿੰਡ। ਫਿਰ ਜੀ ਜਿਹੜੇ ਸਨ ਆਪਣੇ ਉੱਧਰ ਰਹਿ ਗਏ, ਫਿਰ ਉਹ ਲਿਆਂਦੇ ਲੋਕਾਂ ਨੂੰ, ਹੁਣ ਮਾਇਆ ਜਿੱਥੇ ਜਿੱਥੇ ਆਏ ਲਿਆਓ, ਜਿੱਥੇ ਜਿੱਥੇ ਧਰੇ ਵੀ ਜੇ ਆਪਣੇ ਪਿੰਡ ਹੈ, ਮਾਇਆ ਲਿਆ ਆਈ ਸਾਰੀ। ਫਿਰ ਅਤੇ ਆਪਣਾ ਜਿਹੜਾ ਘਰ ਸੀਗਾ, ਉੱਥੋਂ ਆਪਾਂ ਕੀ ਕੁਛ ਚੁੱਕਿਆ ਅਤੇ ਕੀ ਕੁਛ ਛੱਡ ਕੇ ਆਇਆ? ਖਾਲੀ ਕੱਪੜੇ ਬਸ, ਤਰੈ ਮੱਝੀ ਸਿਰ ਤੇ ਹੁੰਦੇ ਸਿਆ, ਤਰੈ ਮੱਝੀ, ਦੋ ਘੋੜੀ, ਇੱਕ ਘੋੜਾ, ਇੱਕ ਘੋੜਾ, ਤਿੰਨ ਉਹ ਨਾਗਾ, ਉਹਨਾਂ ਤੋਂ ਜੀ ਬਹਿ ਕੇ ਆਉਣਾ ਹਨ। ਫਿਰ ਬਾਅਦ ਜੋ ਜਾਂਦੇ ਸਨ, ਜਦੋਂ ਜਾਂਦੇ ਸਨ ਅਗਲਿਆਂ ਪਿੰਡਾਂ 'ਚ, ਉਦੋਂ ਜੇ ਠੱਟੀ ਸੀ ਸਾਈ ਨੂੰ ਸਮਾਨ ਦੇ ਕੁੰਜੀ ਆਇਆ ਹਾਂ, ਉਹ ਖੇਤ ਸੋਨਾ ਕੋਲ ਲਿਆਵੀਦੇ ਹਨ। ਅੱਛਾ, ਅਜੇ ਉੱਤੇ ਲਈਦੇ ਨੇ ਘੋੜੀਆਂ ਉੱਤੇ, ਕਿੰਨੇ ਖੇਤ ਆ, ਦੋ ਨਹੀਂ ਚਾਰ, ਇੱਕ ਘੋੜੀ ਦਾ ਆ ਜਾਂਦੇ, ਉਹ ਕਿੰਨੇ ਪਾ ਜਾਂਦੇ ਨੇ। ਸਾਈ ਸਾਡੇ ਬੜੇ ਚੰਗੇ ਰਹੇ ਨੇ। ਅੱਛਾ, ਹਾਂ, ਬੜੀ ਮਦਦ ਕੀਤੀ ਉਹਨਾਂ। ਆਪਾਂ ਉੱਥੋਂ ਨਿਕਲੇ, ਕਿੱਥੇ ਪਹੁੰਚੇ ਫਿਰ? ਅਸੀਂ ਭਿੱਖੀਆਂ ਵਾਲੇ। ਅੱਛਾ, ਉੱਥੇ ਕਿੱਦਾਂ ਪਹੁੰਚੇ, ਐਂ ਚੱਲ ਚੱਲ ਕੇ ਜਾਂ ਕਿਸੇ? ਉਹ 9-8-7-8 ਕੋ ਪੰਜ ਸੀ। ਅੱਛਾ, ਉਹ ਤਾਂ ਫਿਰ ਐਵੇਂ ਹੋ ਗਿਆ। ਫਿਰ ਅੱਗੇ ਕਿੱਥੇ ਆਏ? ਅੱਗੇ ਫਿਰ ਸੱਚੇ ਸੌਦੇ ਆ ਗਏ। ਇੱਥੇ ਕਿੰਨਾ ਚਿਰ ਰਹੇ? ਸੱਚੇ ਸੌਦੇ ਰਹੇ 15-16 ਦਿਨ। ਅੱਛਾ, ਉੱਥੇ ਤਾਂ ਫਿਰ ਕੈਂਪ ਹੀ ਲੱਗਿਆ ਹੋਣਾ। ਫਿਰ ਕੈਂਪ 'ਚ ਅਸੀਂ ਫਿਰ ਗੱਡੀ 'ਤੇ ਚੜ੍ਹ ਕੇ ਸ਼ਿਵਪੁਰੇ। ਅੱਛਾ, ਸ਼ਿਵਪੁਰੇ ਰਾਤ ਰਹੇ, ਸ਼ਿਵਪੁਰ ਤੋਂ ਫਿਰ ਆਏ ਛਤਾਰੇ, ਛਤਾਰੇ ਫਿਰ ਫੋਨ ਕੀਤਾ ਛਾਉਣੀ, ਉੱਥੋਂ ਫਿਰ ਅਫਸਰ ਆਇਆ ਸਿੱਖ, ਉਹਨੇ ਸਾਨੂੰ ਛੋਲੇ ਦਿੱਤੇ, ਪੁੱਜੇ ਅਤੇ ਪਾਣੀ ਪਿਆਇਆ। ਫਿਰ ਅਸੀਂ ਆਏ ਲਾਹੌਰ, ਲਾਹੌਰ ਜਿਹੜੇ ਆਏ ਫਿਰ ਸਾਡੇ 'ਤੇ ਸ਼ਿਕਾਇਤ ਹੋ ਗਈ ਵੀ ਇਹਨਾਂ ਕੋਲ ਅਸਲਾ ਹੈ। ਅੱਛਾ, ਕਿਸੇ ਦੱਸਦੇ ਇਹਨਾਂ ਕੋਲ 6 ਬੰਦੂਕਾਂ ਨੇ, ਇੱਕ ਆਦਮੀ ਆ ਗਿਆ ਸਾਡੇ ਸਿਰ 'ਤੇ ਖਲੋ ਕੇ ਆਖਿਆ ਬੰਦੂਕ ਦੇਖ ਲਓ ਕਿਉਂ ਜੀ 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 ਮਰਾਉਂਦੇ ਹੋ, ਪਰ ਥੱਲੇ ਬੰਦੂਕ ਸੀ ਪਈ ਵੀ ਥੱਲੇ, ਫਿਰ ਸਾਰਾ ਪੁੱਟ ਕੇ ਸਮਾਨ, ਫਿਰ ਬੰਦੂਕ ਦਿੱਤੀ ਉਹ ਨਿਕਲੀ, ਕੋਰਟ ਸੀ ਪਰ ਦੇਣੀ ਪਈ, ਜੋ ਅਗਲਾ ਮੂੰਹ ਦੇ ਉੱਤੇ ਰੌਲਾ ਪੈ, ਡੱਬਾ ਵੱਟਦੇ ਹਨ। ਅੱਛਾ, ਜਿਸ ਵੇਲੇ ਜਿਹੜੇ ਸਾਡੇ ਨਾਲ ਸਾਡੇ ਗੋਰਖੇ, ਉਹ ਆਖਣ ਗਏ ਮਤ ਕੋਈ ਹਥਿਆਰ ਦਿਓ, ਲਾਹੌਰ ਜਾ ਕੇ ਤੁਹਾਨੂੰ ਨਾ ਮਾਰ ਦੇਣਾ। ਅੱਛਾ,
ਲਾਹੌਰ ਤੁਹਾਡਾ ਇੰਤਜ਼ਾਮ ਹੋਇਆ ਹੈ, ਤੁਹਾਡਾ ਨਾ ਇੱਕ ਬੱਚਾ ਨਹੀਂ ਛੱਡਣਾ, ਅਤੇ ਲੜ ਕੇ ਮਰੋ ਸਿੱਖ ਹੋ, ਅਸੀਂ ਨਾਲ ਤੋਂ ਲੜ ਕੇ ਮਰਾਂਗੇ, ਕਿਉਂ ਦਿੰਦੇ ਹੋ? ਪਰ ਚੱਲੀ ਨੂੰ ਪਲੀ 6 ਬੰਦੂਕਾਂ ਡੀਆਂ। ਜਿਸ ਵੇਲੇ ਗਏ ਲਾਹੌਰ, ਉੱਥੇ ਫਿਰ ਜਿਹੜਾ ਡਰਾਈਵਰ ਸੀ ਨਾ, ਉਹ ਥੱਲੇ ਉਤਰਿਆ ਕਿਸੇ ਕਾਰਨ, ਜੋ ਦਿਨ ਲੋਕਾਂ ਦੇ ਦੁਨੀਆਂ ਦੇ ਪਬਲਿਕ ਦੇ ਦਿਨ ਚੰਗੇ ਹੋਣ। ਉਹ ਸਾਡੇ ਪਿੰਡ ਸਾਡੇ ਨਾਨਕਾ ਦਾ ਮੁੰਡਾ ਸੀ, ਅਵਤਾਰ ਨਾਂ ਸਾਧੂ, ਉਹ ਰਲ ਕੇ ਪੜਦੇ ਰਹੇ। ਉਸ ਮੁੰਡੇ ਦੇਖ ਲਿਆ ਡਰਾਈਵਰ ਨੂੰ, ਉਹਦੇ ਕਹਾ ਅਵਤਾਰ ਤੂੰ ਕਿੱਥੇ? ਉਹਦੇ ਕਹਾ ਗੱਡੀ ਸਾਰੀ ਮੇਰੀ ਏ। ਉਹਦੇ ਕਹਾ ਬਰਿੰਜ ਕਰ ਗੱਡੀ ਦੇ ਵਿੱਚ ਜਾ ਪਾਏ, ਜੇ ਤਾਂ ਲਾਹੌਰ ਮੇਰਾ ਲੱਗਿਆ ਤਾਂ ਮੈਨੂੰ ਲੈਣ ਮਿਲ ਗਈ, ਅਤੇ ਮੈਂ ਤੁਹਾਨੂੰ ਤੱਤੀ ਆਵਾਜ਼ ਨਹੀਂ ਲੱਗਣ ਦਿੰਦਾ, ਅਤੇ ਜੇ ਬਈ ਨਹੀਂ ਤਾਂ ਫਿਰ ਤੁਹਾਡੇ ਦਿਨ ਮਾੜੇ ਫਿਰ ਮੰਗੇ। ਦੁਨੀਆਂ ਜਿਹੜੇ ਲਾਹੌਰ ਆ, ਦੁਨੀਆਂ ਪੁਲ ਦੇ ਉੱਤੇ ਬਰਛੇ ਅਤੇ ਪਲੇਟਫਾਰਮ ਭਰਿਆ ਆ, ਅਸਲਾ ਬੜਾ। ਉਹ ਗੱਡੀ ਦੀ ਲਾਈਨ ਮਿਲ ਗਈ ਸੀ, ਦੀ ਸਾਨੂੰ ਉਹਨੇ ਪ੍ਰੋਵਾਈਡ ਕੀਤੀ। ਫਿਰ ਜਿਹੜੇ ਗੱਡੀ ਲਾਹੌਰ ਟੱਪੇ, ਫਿਰ ਬੋਲੇ ਸੌ ਨਿਆਲ, ਫਿਰ ਗਾਰੇ ਛੁੱਟ ਗਏ। ਬੰਦਿਆ ਕਿਹਾ ਲਾਹੌਰ ਆਉਂਦੀਆਂ ਹੁਣ ਨਹੀਂ ਮਰਦੇ, ਵੇਖੀ ਜਾ ਗਈ ਗੱਡੀ 'ਚ ਥੋੜ੍ਹਾ ਮੁਣਕ ਹੁੰਦਾ ਹੈ, ਉਸ ਕਾ ਹੁਣ ਲੜਾਂਗੇ, ਕਿੰਨੇ ਕਿੰਨੇ ਇਕੱਠੇ ਹੋ ਜਾਗੇ। ਬਿਲਕੁਲ। ਫਿਰ ਆ ਗਏ ਅੰਮ੍ਰਿਤਸਰ ਸਿੱਧਾ, ਅਟਾਰੀ ਵੀ ਨਹੀਂ ਰੁਕੇ, ਅਟਾਰੀ ਨਹੀਂ ਰੁਕੇ, ਅਟਾਰੀ ਤੋਂ ਉਹਨੇ ਤਾਰ ਸਾਨੂੰ ਤਾਰ ਗਿਆ, ਅਟਾਰੀ ਆ ਗਿਆ। ਅਟਾਰੀ ਕਿਵੇਂ? ਅਟਾਰੀ ਤੋਂ ਬਾਅਦ ਗੱਡੀ ਵਾਪਸ ਲੈ ਗਿਆ ਉਹ। ਅੱਛਾ। ਉੱਥੇ ਮੈਂਟੇ ਟਰੱਕ ਖੜੇ ਹਨ, ਉਹ ਗੱਡੀ ਜਿਹੜੀ ਵਾਪਸ ਲੈ ਗਿਆ। ਕਿੰਨੀ ਇੱਕ ਪਬਲਿਕ ਸੀਗੀ ਉਸ ਟਾਈਮ ਗੱਡੀ 'ਚ ਜਿਹੜੀ ਉਤਰੀ? ਗੱਡੀ 'ਚ ਪਬਲਿਕ ਅਤੇ ਗੱਡੀ ਦੀ, ਮੇਰਾ ਖਿਆਲ ਮਾਲ ਗੱਡੀ ਦੀ, ਉਹ ਮਾਲ ਗੱਡੀ ਕਿੰਨੀ ਲੰਮੀ ਹੁੰਦੀ ਹੈ, ਉਹਦੇ ਉੱਤੇ ਦੁਨੀਆ ਬੈਠੀ ਹੁੰਦੀ ਸੀ। ਉਦੋਂ ਪਤਾ ਕੀ ਕਰਦੇ ਹੁਣ, ਰੱਸਾ ਪਾ ਕੇ ਵਿੱਚ ਆਈਆਂ, ਐਸਾ ਇੱਕ ਬਿਸਤਰਾ ਇੱਧਰ ਅਤੇ ਇੱਕ ਬਿਸਤਰਾ ਦੇ ਟੋਆ ਲੱਗ ਗਿਆ, ਜਿੱਦਾਂ ਬੈਠੇ ਹੁੰਦੇ ਸਾਡ ਡਰ ਬੜੀ ਲੋਕਾਂ ਨੂੰ, ਮੈਂ ਡਿੱਗ ਕੇ ਮਰ ਜਾਵਾਂਗੇ। ਪਬਲਿਕ ਬੜੀ ਸੀ ਦੁਨੀਆ ਦੀ, ਪਬਲਿਕ ਗਣੀ ਥੋੜ੍ਹੀ ਜਾਂਦੀ ਹੈ, ਪੈਰ ਰੱਖਣ ਦੀ ਥਾਂ ਨਹੀਂ ਸੀਗੀ। ਫਿਰ ਤਾਂ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰੋਂ ਫਿਰ ਇੱਕ ਆਈ ਗੱਡੀ, ਇੱਧਰੋਂ ਅਟਾਰੀ ਤੋਂ ਪੈਦਲ ਆਏ ਅੰਮ੍ਰਿਤਸਰ? ਹੈਂ, ਅਟਾਰੀ ਤੋਂ ਪੈਦਲ ਹੀ ਆ ਗਏ? ਨਾ ਜੀ, ਪੈਦਲ ਟਰੱਕ ਮਿੰਟ ਦੇ ਟਰੱਕ ਆਇਆ ਨਾ, ਟਰੱਕ ਲੈ ਗਏ। ਠੀਕ ਹੈ, ਅੰਮ੍ਰਿਤਸਰ ਕਿੱਥੇ? ਅੰਮ੍ਰਿਤਸਰ ਸਟੇਸ਼ਨ ਦੇ ਉੱਤੇ। ਠੀਕ ਹੈ। ਉੱਥੇ ਤਾਂ ਗੱਡੀ ਆਈ ਇੱਧਰੋਂ, ਉਹ ਨਾ ਕਿਹਾ ਸਾਡੀ ਨਾ ਸੱਟ, ਫਿਰ ਬਾਅਦ ਗੱਡੀ ਮਾਰੀ ਨਾ ਲਾਹੌਰ ਵਾਲਾ, ਅਸੀਂ ਤਾਂ ਨਿਕਲ ਆਏ, ਦੂਜੀ ਗੱਡੀ ਮਾਰੀ ਉਹਨੇ, ਦੂਜੀ ਗੱਡੀ ਦੇ ਬਦਲੇ ਫਿਰ ਡਾਕੇ ਗੱਡੀ ਨੂੰ ਲੱਗੇ ਮਾਰਨ। ਉਹਨਾਂ ਕੋਲ ਸਲਾਹ ਬੜਾ ਸੀ, ਉਹ ਨੇੜੇ ਲਾਉਣ ਦੇਣ, ਨੇੜੇ ਲਾਉਣ ਦੇਣ। ਫਿਰ ਤੇਰਾ ਤੋਪ ਛਾੜੀ ਪੁਲ ਵੱਡੇ ਦੇ ਉੱਤੇ, ਸਾਨੂੰ ਲੱਦ ਕੇ ਨਾ ਟਰੱਕਾਂ 'ਤੇ ਮਾਰਿਆ ਛਾਉਣੀ, ਪਲੇਟਫਾਰਮ ਕਰਤਾ ਵਿਹਲਾ। ਅੱਛਾ। ਉਹ ਫਿਰ ਵਿਚਾਰੇ ਕਾਬੂ ਹੋ ਗਏ, ਉਹਨਾਂ ਫਿਰ ਬੰਦੂਕਾਂ ਵੀ ਦਿੱਤੀਆਂ ਅਤੇ ਮਰੇ ਵੀ। ਉਦੋਂ ਤਾਂ ਦੁਨੀਆਂ ਮਾਰਨ ਲੱਗਿਆ, ਬੰਦੇ ਨੂੰ ਬੰਦਾ ਸਮਝਦੇ ਨਹੀਂ ਸਨ, ਵਾਰੀ ਬੱਧੀ ਸਨ, ਇਹ ਉਹਨਾਂ ਦੇ ਮਾਰਦੇ ਸਨ ਅਤੇ ਇੱਧਰੋਂ ਉਹ ਉਹਨਾਂ ਦੇ ਮਾਰਦੇ ਸਨ। ਦੁਨੀਆਂ ਮੇਰਾ ਖਿਆਲ ਹੈ ਜਿੰਨੀ ਦੁਨੀਆਂ ਹੁਣ ਤਾਂ ਦੁਨੀਆਂ ਜ਼ਿਆਦਾ ਹੋ ਗਈ, ਜਿੰਨੀ ਪਬਲਿਕ ਸੀ ਨਾ ਉਸ ਵੇਲੇ ਮੌਕੇ 'ਤੇ, ਅੱਧੀ ਮਰ ਗਈ ਸੀ। ਅੱਛਾ ਜੀ। ਅੱਧੀ ਦੁਨੀਆਂ ਮਰ ਗਈ ਸੀ ਉਦੋਂ। ਆਹ ਸੀਨ ਵੇਖਿਆ, ਜਿਹੜੇ ਮੁਸਲਮਾਨ ਹੁਣ ਇੱਧਰ ਸਾਈਂ ਕੋਣੀ ਸੀ, ਸਾਡਾ ਉੱਧਰ ਕੋਣੀ ਸੀ। ਅੱਖੀ ਵੇਖੀ ਜਿਹੜਾ ਵੇਖਿਆ ਸੀਗਾ ਅੰਮ੍ਰਿਤਸਰ 'ਚ ਵੱਡੇ ਹੋਏ ਬੰਦੇ? ਹਾਂ ਜੀ, ਬਿਲਕੁਲ ਵੇਖਿਆ ਮੈਂ। ਉਹ ਇਸ ਤਰ੍ਹਾਂ ਹੋਇਆ, ਅਸੀਂ ਕੰਪਨੀ ਰੋਟੀ ਨਿਕਾ ਦੀ, ਸਾਡੇ ਕੋਲ ਪੈਸੇ ਮੁੱਕ ਗਏ, ਵੱਡਾ ਭਰਾ ਖਲਗਾ ਸਿਉਣਾ ਵੇਚਦੇ ਹਾਂ ਥੋੜ੍ਹਾ ਜਿਹਾ, ਪੈਸੇ ਲੈ ਆਉਂਦੇ ਹਾਂ। ਜਲੰਧਰ ਦੀ ਗੱਲ ਹੈ, ਜਲੰਧਰ ਸਿਉਣਾ ਵੇਚਣ ਗਏ ਤਾਂ ਮੈਂ ਵੀ ਪਿੱਛੇ ਪਿੱਛੇ ਤੁਰ ਪਿਆ। ਚਾਰ ਬੰਦੇ ਸਨ, ਦੂਜੇ ਇੱਕ ਦਾਦਾ ਲੱਗਦਾ ਸੀ, ਇੱਕ ਚਾਚਾ ਲੱਗਦਾ ਸੀ, ਇੱਕ ਭਰਾ ਸੀ। ਉਹ ਨਾ ਦੋ ਚੁਰਾਹੇ ਆ ਗਏ ਅੱਜ ਦੋ, ਉੱਥੇ ਬਾਂਦਰੀ, ਮੈਂ ਬਾਂਦਰੀ ਵੱਲ ਲੱਗ ਗਿਆ ਵੇਖਣ। ਉਹ ਪਤਲੀ ਆਏ ਚੁਰਾਹੇ ਪੈ ਗਏ, ਪਤਲੀ ਆਏ ਚੁਰਾਹੇ ਪੈ ਗਏ। ਉਹ ਦੂਜੇ ਮੈਂ ਫਿਰਦਾ ਰਿਹਾ, ਮੈਨੂੰ ਨਹੀਂ ਲੱਭੇ ਹੋਏ। ਫਿਰ ਮੈਂ ਸੋਚਿਆ ਵੀ ਹੁਣ ਲੱਭਦੇ ਨਹੀਂ ਅਤੇ ਤੂੰ ਮਾਣਾ ਚਾਹ ਬਜ਼ਾਰੇ, ਮੈਂ ਜਿਉਂ ਹੌਲੀ ਬਜ਼ਾਰਿਆਂ ਨੂੰ ਤੁਰਿਆ ਸੁੱਖ ਨੂੰ, ਤੁਰਦਾ 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 ਗੱਡੀ ਦੀ ਲਾਈਨ ਵੇਖਿਆ, ਅੱਗੇ ਅੱਗੇ ਫਿਰ ਮੁਰਦੇ, ਉਹ ਮੁਰਦੇ ਦੇ ਮੁਰਦਾ ਚੜਿਆ, ਢੇਰ ਬੜਾ ਲੱਗਿਆ ਅਤੇ ਅੱਗ ਲਾਈ ਉੱਥੇ, ਫਿਰ ਮੈਂ ਘਬਰਾ ਗਿਆ। ਇਤਨੀ ਲਾਸ਼ਾਂ, ਘਬਰਾ ਗਿਆ। ਜਿਹੜੇ ਮੈਂ ਸੋਚਿਆ ਗੱਡੀ ਸਾਲਮ ਮਾਰੀ ਸਨ, ਮੈਂ ਘਬਰਾ ਗਿਆ, ਮੈਂ ਕਿਹਾ ਵੀ ਭੈੜੇ ਫਸੇ ਹਾਂ। ਫਿਰ ਸੋਚ ਸੋਚ ਕੇ ਹੁਣ ਕਿੱਧਰ ਜਾਂ, ਫਿਰ ਮੈਂ ਕਿਹਾ ਮਣਾ ਅੱਜ ਨੂੰ ਟੁਰਖਾਂ, ਜਿੱਦੋਂ ਗੱਡੀ ਜਾਂਦੀ ਕਦੀ ਤਾਂ ਸਟੇਸ਼ਨ ਆਵੇਗਾ। ਮੈਂ ਫਿਰ ਉਹਦੇ ਤੁਰਦਾ ਤੁਰਦਾ ਗਿਆ, ਜਿਹੜੇ ਗਿਆ ਮੀਲ ਕੁ, ਇੱਧਰ ਕਮਾਦ ਗੰਨੇ ਚੁੱਪਣ ਆਉਂਦੇ ਸਨ, ਉਹ ਕਮਾਦ ਦੇ ਸਪੈ, ਮੈਂ ਕਿਹਾ ਉਹ ਨਹੀਂ, ਖੈਰ ਮੈਂ ਉਹ ਲੱਭ ਗਿਆ, ਉਹ ਹੌਸਲਾ ਹੋ ਗਿਆ। ਫਿਰ ਉਹ ਸਟੇਸ਼ਨ ਤੋਂ ਹੋ ਕੇ ਫਿਰ ਆਪਣਾ ਜੀਵਨ ਜਾ ਗਿਆ। ਅੱਛਾ, ਉੱਥੇ ਗੰਨੇ ਨਹੀਂ ਚੁੱਪੇ? ਗੰਨੇ ਉਸ ਵੇਲੇ ਸੋਚਦੇ ਸਨ। ਮੈਂ ਮੈਨੂੰ ਭਰਾ ਪੁੱਛਿਆ ਤੂੰ ਕਿੱਥੇ, ਦੁੱਧ ਉਹਨੇ ਲਿਆਂਦਾ, ਮੈਂ ਕਿਹਾ ਮੈਨੂੰ ਨਹੀਂ ਦੁੱਧ ਲੱਗਦਾ, ਮੈਂ ਤਾਂ ਖੂਨ ਦੇਖ ਲਿਆ, ਵੱਡੇ 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 ਪੀਆਂਗਾ ਹੁਣ।
ਫਿਰ ਜੀ ਜਲੰਧਰ, ਫਿਰ ਪਤਾ ਲੱਗਾ ਵੀ ਫਿਰੋਜ਼ਪੁਰ ਚਾਚਾ ਸਾਡਾ ਨਿੱਕਾ ਉੱਧਰ ਤੁਰ ਗਿਆ ਹੈ। ਅੱਛਾ। ਫਿਰ ਉਹਦੇ ਮਰ ਗਏ। ਜਿੱਥੇ ਪਾਣੀ ਆਇਆ ਨਾ ਅੰਮ੍ਰਿਤਸਰ, ਜੋ ਜਲੰਧਰ ਆਇਆ ਨਾ, ਗੱਲ ਥੋੜ੍ਹੀ ਛੱਡ ਗਏ, ਉੱਥੇ ਬਿਆਸ ਦੇ ਕੰਢੇ ਇੰਜਣ ਦਾ ਪਹੀਆ ਲੈ ਗਿਆ। ਅੱਛਾ। ਲੈ ਗਿਆ ਅਤੇ ਰਾਤ ਮੀਂਹ ਮੂੰਹ ਪੈਂਦਾ ਰਿਹਾ, ਵੱਡੇ ਨੇ ਕੁੱਕੜ ਆਇਆ ਉਹਨੇ ਚਾੜਿਆ ਅਤੇ ਕਾਫਲਾ ਬੜਾ ਲੰਮਾ ਮੁਸਲਮਾਨ ਦਾ ਆਇਆ, ਪਾਣੀ ਵਿਚਾਰੇ ਨਿਕਲਣ ਪਏ ਸਾਡੇ ਫਿਰ ਸਾਹਮਣੇ, ਇੱਕ ਪੱਠੇ 'ਤੇ ਚੜ੍ਹ ਗਏ, ਫਿਰ ਦੁਨੀਆ ਡੁੱਬੀ ਸਾਡੇ ਸਾਹਮਣੇ, ਕੋਈ ਸਾਈਂ ਨਾ ਕੋਈ ਖਸਮ ਨਾ ਉਹਨਾਂ ਦਾ। ਅਸੀਂ ਫਿਰ ਜਿਹੜੇ ਗਏ ਫਿਰੋਜ਼ਪੁਰ ਨੂੰ, ਉੱਥੇ ਫਿਰ ਅੱਗੇ ਗੱਡੀ ਦੀ ਲਾਈਨ ਦਾ ਪੁਲ ਟੁੱਟਾ ਆ, ਫਿਰ ਆਪਣਾ ਕਪੂਰਥਲਾ ਰੜਾਇਆ ਥਾਂ ਵੇਖਿਆ ਬੜਾ ਵਧੀਆ, ਅਤੇ ਫਿਰ ਅਸੀਂ ਉੱਥੇ ਉੱਤਰ ਗਏ। ਕੋਲ ਠੇਕਾ ਸੀ, ਬੰਦੇ ਨਾਲ ਠੇਕੇ ਕਰਨ ਉੱਥੇ। ਉਸ ਟਾਈਮ ਵਿੱਚ ਵੀ ਠੇਕੇ ਹੁੰਦੇ ਸੀ? ਉਹ ਠੇਕੇ ਤਾਂ ਪਹਿਲਾਂ ਦੁਨੀਆ ਦੀ ਉਹਦੀ ਬਣੀ ਹੁੰਦੇ ਨੇ। ਤੇ ਤੁਹਾਡਾ ਉਸ ਟਾਈਮ ਠੇਕੇ ਨਾਲ ਕੀ ਵਾਸਤਾ? ਨਹੀਂ, ਮੇਰਾ ਤਾਂ ਵਾਸਤਾ, ਉਹਨੂੰ ਪੀਣ ਵਾਲੇ ਪੀਂਦੇ ਨਾ। ਫਿਰ ਤੁਹਾਡੇ ਚਿਹਰੇ 'ਤੇ ਰੌਣਕ ਕਿਉਂ ਆ ਗਈ? ਨਹੀਂ ਨਹੀਂ, ਮੇਰਾ ਵੱਡੇ ਭਰਾ ਜੀ ਸਨ ਦੋ। ਅੱਛਾ। ਭਲੂਜਾ ਸੀ, ਬਾਪ ਸਾਡੇ ਦੇ ਘੋੜੀਆਂ ਕਾੜੀਆਂ ਲੈ ਕੇ ਲੱਗਾ, ਬਾਪ ਤੋਂ ਉੱਧਰੋਂ ਆਇਆ। ਠੀਕ ਠੀਕ ਠੀਕ। ਹਾਂਜੀ, ਦੂਜਾ ਆਮ ਦੁਨੀਆ ਪੀਣ ਵਾਲੀ ਸੀ, ਮੈਂ ਆਪਣੀ ਗੱਲ ਥੋੜ੍ਹੀ ਕੀਤੀ। ਉੱਥੋਂ ਫਿਰ ਜਲੰਧਰ ਆਏ, ਫਿਰ ਪਟਿਆਲੇ ਰਹੇ ਥੋੜ੍ਹੇ ਕੁ ਦਿਨ, ਫਿਰ ਪਟਿਆਲਿਓਂ ਜਾ ਕੇ ਫਿਰ ਤੰਦੌਲੇ ਗਏ, ਤਹਿਸੀਲਦਾਰ ਮਿਲੇ ਜਾ ਕੇ, ਉਹਨੇ ਫਿਰ ਟੱਡਰੀ ਅਲਾਟ ਕੀਤੀ ਅਲਾਟਮੈਂਟ। ਅੱਛਾ। ਫਿਰ ਸਾਨੂੰ ਉੱਥੇ ਕਪਾਹ ਖਿੜੀਵੀ ਮਕਈ ਬਾਜਰਾ 6 ਬਲਦ ਮਿਲੇ, ਅਸੀਂ ਫਿਰ ਉੱਥੇ ਕਣਕ ਕੁਣਕ ਬੀਜੀ। ਫਿਰ ਸਾਡੇ ਚਾਚੇ ਦਾ ਸਾਨੂੰ ਪਤਾ ਲੱਗਾ ਵਧੀਆ, ਇੱਧਰ ਪਾਣੀਪਤ ਤੋਂ ਅੱਗੇ ਪਸੀਨਾ ਪਿੰਡੇ ਉੱਥੇ ਪੜ ਗਿਆ, ਫਿਰ ਅਸੀਂ ਗਏ ਉੱਥੇ ਕਣਕ ਕੁਣਕ ਬੀਜ ਕੇ, ਫਿਰ ਸਿਆਲ ਉੱਥੇ ਤੁਰ ਗਏ, ਫਿਰ ਇੱਥੇ ਚੁੱਕੇ ਆੜੀ, ਫਿਰ ਸਾਰੇ ਅਸੀਂ ਉੱਥੇ ਤੁਰ ਗਏ, 2.5 ਸਾਲ ਉੱਥੇ ਰਹੇ। ਉੱਥੇ ਫਿਰ ਬਜਗਾਵੇਂ ਅਲਾਟਮੈਂਟ ਹੋ ਗਈ, ਇੱਥੇ ਆ ਗਏ ਬਜਗਾਵੇਂ, ਰੱਬ ਨੇ ਧੱਕਾ ਦਿੱਤਾ ਅਤੇ ਹੁਣ ਇੱਥੇ ਅਗਾ ਯੂਪੀ ਜਾਂਦੀ, ਹੁਣ ਕੁਦਰਤ ਵਾਲੇ ਪਤਾ ਨਹੀਂ ਕਿੱਧਰ ਇੱਧਰ ਜਾਣਾ, ਪਤਾ ਨਹੀਂ ਜਾਣਾ। ਅੱਜ ਫਿਰ ਮੈਂ ਤਾਂ ਤੁਹਾਨੂੰ ਵਾਪਸ ਲੈ ਜਾਊਂਗਾ। ਵਾਪਸ ਤਾਂ ਹੁਣ ਨਾ ਕੋਈ ਕਦੇ ਗਿਆ, ਕਦੇ ਚੇਤੇ ਨਹੀਂ ਆਇਆ, ਨਾ ਚੇਤਾ, ਉਹਨੂੰ ਆਖੀਦਾ ਰੋਜ਼ ਲਿਆ, ਚੇਤਾ ਨਹੀਂ ਆਇਆ, ਮਰਨਾ ਵੀ ਨਹੀਂ ਚੇਤਾ। ਨਹੀਂ, ਨੂਰਾ ਮਾਸੀ ਯਾਦ ਨਹੀਂ ਆਉਂਦੀ? ਨੂਰਾ ਮਾਸੀ ਯਾਦ ਤਾਂ ਉਹਨੂੰ ਜਾਇਆ ਨਹੀਂ ਜਾਂਦਾ। ਅੱਛਾ, ਬਸ ਇਹੀ ਰੋਲ ਹੈ। ਯਾਦ ਤਾਂ ਆਉਂਦੀ ਹੈ, ਯਾਦ ਉਹ ਸਾਰੇ ਯਾਦ ਆਉਂਦੇ ਨੇ ਜਿਹੜੇ ਰਲ ਕੇ ਖੇਡਦੇ ਨੇ, ਨਾਲ ਰਲ ਕੇ ਖੇਡੀ, ਯਾਦ ਨਹੀਂ ਆਉਂਦਾ ਉਹ। ਬਿਲਕੁਲ। 30 ਸਾਲ ਇੱਥੇ ਬਜਗਾਵੇਂ ਰਹੇ, ਹੁਣ ਬਜਗਾਵੇਂ ਨਹੀਂ ਜਾਇਆ ਜਾਂਦਾ। 16 ਸਾਲ ਉੱਥੇ ਰਹੇ ਹਾਂ, ਮੇਰਾ ਜਨਮ ਉਸ ਪਿੰਡ ਦਾ ਸੂਰਤਾਬਾਦ ਦਾ ਹੀ ਹੈ। ਅੱਛਾ। ਸੱਦੀ ਸਾਡਾ ਚਾਚਾ ਇੱਕ ਹੁੰਦਾ ਹੈ। ਅੱਛਾ। ਉਹ ਸੀ ਛੋਟਾ ਜਿਹਾ 2.5 ਸਾਲਾਂ ਦਾ, ਅਤੇ ਇੱਕ ਸਾਡਾ ਦਾਦਾ ਲੱਗਦੇ, ਉਹ ਇੱਕ ਸਾਡੀ ਪੜਦਾਦੀ, ਉਹ ਰਹਿ ਗਿਆ ਹੁਣ, ਆਈ ਨਹੀਂ ਸਨ, ਸੱਲਾ ਪਿੰਡ 'ਚ ਰਹਿ ਗਿਆ, ਸੱਲੀ ਉਹ ਪਿੱਛੇ ਹੀ ਰਹਿ ਗਏ ਸਨ। ਹਾਂ। ਅਤੇ ਉਹਨਾਂ ਦੀ ਕੋਈ ਚਿੱਠੀ ਪੱਤਰੀ ਆਈ ਬਾਅਦ 'ਚ? ਉਹ ਚਿੱਠੀਆਂ ਆਉਂਦੀਆਂ ਨੇ, ਹੁਣ ਨਹੀਂ ਚਿੱਠੀ ਚੁੱਠੀ ਕਦੀ ਆਈ ਨਾ, ਹੁਣ ਤਾਂ ਨਹੀਂ ਆਈ। ਉਹ ਉੱਥੇ ਰਹਿ ਗਏ ਕਿੱਦਾਂ, ਮਤਲਬ ਉਹ ਫਿਰ ਤਬਦੀਲ ਹੋ ਗਏ, ਲਾਲਚ 'ਚ ਆ ਗਏ? ਅੱਛਾ। ਜ਼ਮੀਨ ਸਾਂਭਾਂਗੇ ਸਾਰਿਆਂ ਭਰਾਵਾਂ ਦੀ, ਪੈਸੇ ਸਾਂਭਾਂਗੇ। ਇਹ ਫਿਰ ਸਾਡੇ ਪਿੰਡ ਬੈਠੇ ਸਾਡਾ? ਨਹੀਂ, ਫਿਰ ਉਹ ਉੱਥੇ ਲਾਲਚ 'ਚ ਆ ਗਏ ਤਾਂ ਫਿਰ ਉੱਥੇ ਸਿੱਖ ਬਣ ਕੇ ਥੋੜ੍ਹੀ ਰਹੇ ਹੋਣੇ ਆ। ਸਿੱਖ ਮੁਸਲਮਾਨ ਨੇ? ਮੁਸਲਮਾਨ ਨੇ। ਹਾਂ, ਉਹ ਜਿਹੜਾ ਮਲੂਕ ਸਿੰਘ ਦੀ ਦਾਦਾ ਲੱਗਦਾ, ਉਹ ਜਾਂਦੇ ਮਾਮਨਦੀਨ ਸੀ, ਇਹ ਮੁੰਡੇ ਨਾਲ ਕਾਲੂ ਦੇ ਆਉਂਦਾ ਬੂਟਾ, ਉਹਦੇ ਨਾਲ ਧਰਿਆ ਨੇ ਬੂਟਾ, ਮਾਮਾ ਦਾ ਬਾਲ ਬੱਚੇ ਵਾਲਾ ਨੇ ਬੂਟਾ, ਗੱਭਰੂ ਹੋਣੇ ਨੇ ਮੁੰਡੇ ਉਹਦੇ, ਉਹਦੀ ਜ਼ਮੀਨ ਥੋੜ੍ਹੀ ਜੀ ਹੈ। ਤੁਸੀਂ ਵਿੱਚੇ ਜ਼ਿਕਰਾ ਕਰ ਰਹੇ ਸੀਗੇ ਡੇਲੇ ਦਾ? ਹਾਂਜੀ। ਮੈਂ ਆਪਣੇ ਦੇਖਣ ਵਾਲਿਆਂ ਨੂੰ ਦੱਸ ਦੇਵਾਂ, ਡੇਲੇ ਚੱਠੇ ਵਾਲੇ ਜਰਨੈਲ ਸਿੰਘ ਬਰਿਆਰ ਦਾ ਅਸੀਂ ਇੱਕ ਇੰਟਰਵਿਊ ਕੀਤਾ, ਅਤੇ ਜਿਹੜੇ ਚਿੱਬੇ ਪਿੰਡ 'ਚ ਬੈਠੇ ਹੈ, ਜਾਂਸਾ ਰੋਡ ਕੁਰੂਕਸ਼ੇਤਰ 'ਚ, ਜ਼ਿਲ੍ਹਾ ਕੁਦਰਾਂ ਵਾਲਾ ਜੀ, ਆ ਤਹਿਸੀਲ ਵਜ਼ੀਰਾਬਾਦ, ਅੱਛਾ, ਥਾਣਾ ਆਮਦਾ ਨਗਰ, ਅੱਛਾ, ਪਿੰਡ ਡੇਲੇ ਚੱਠੇ। ਉਹ ਤੁਹਾਡੇ ਸਾਡੂ ਹੈ, ਇਹ ਤੁਸੀਂ ਦੱਸ ਰਹੇ ਹੋ? ਸਾਡੂ ਹੈ, ਅਤੇ ਉਹਦੂ ਨਿੱਕਾ ਵੀ ਸਾਂਡੂ ਹੈ, ਅਤੇ ਇੱਕ ਮਾਮੇ ਦੀ ਧੀ ਹੈ, ਅਤੇ ਜਿਹੜੇ ਦੂਜੇ ਦੇ ਮਲੂਕੇ ਨੇ ਉਹਦੇ ਚਾਚੇ ਨੇ, ਉਹ ਮਾਸੀ ਦੇ ਪੁੱਤਰ ਨੇ। ਅੱਛਾ। ਅਤੇ ਜਿਹੜੇ ਨੇ ਨਰਾਇਣ ਸਿੰਘ ਦੀ ਵਿਰਕਾ ਪਾਸੇ, ਉਹ ਸਾਡੀ ਭਰਜਾਈ ਦੇ ਨਾਨਕੇ ਨੇ, ਸਾਰਾ ਪਿੰਡ ਹੀ ਰਿਸ਼ਤੇਦਾਰਾਂ ਦਾ ਹੈ, ਅਤੇ ਨਾਲ ਇੱਕ ਦੋ ਮਿਲਣ ਦੇ ਸਨ, ਅਤੇ ਸਾਨੂੰ ਉੱਥੇ ਜਿੱਥੇ ਅਸੀਂ ਆਏ ਹਾਂ ਬਜਗਾਵੇਂ, ਸਾਨੂੰ ਉੱਥੇ 8-8 ਕੌਮਾਂ ਦਾ ਤੱਕ ਤੋਂ ਲੋਕ ਜਾਣਦੇ ਹਨ, 4 ਭਰਾ ਸਨ, ਘੋੜੀਆਂ ਹਨ ਚਵਾਂ ਕੋਲ, ਪੰਚਾਇਤੀ ਅਸੀਂ ਸਾ ਜਿੱਥੇ ਕਿ ਸਦਰ ਹੈ ਆਵਿਆ ਜੇ ਬਾਈ, ਜੱਟਾਂ ਦੀਆਂ ਪਛਾਣਾਂ ਹੁੰਦੀਆਂ ਨੇ। ਤੁਸੀਂ ਬਰਿਆਰ ਸਿੰਘ ਵਾਲਾ ਵੀਡੀਓ ਦੇਖਿਆ?
ਨਾ ਵਿਆਹ ਵਿਖਾਇਆ ਸਾਸੂ ਵਿਖਾਇਆ ਸੀ ਨਾ ਬਰਿਆਰ ਸਿੰਘ ਵਾਲਾ ਵੀਡੀਓ ਦੇਖ ਕੇ ਹੀ ਮੇਰੇ ਤੱਕ ਇਹ ਮੈਸੇਜ ਆਇਆ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਕਿਤੇ ਨਾ ਕਿਤੇ ਰਿਸ਼ਤੇਦਾਰੀ ਤਾਂ ਹੈ ਹੀ ਲੇਕਿਨ ਦੋਨੋਂ ਗੁਜਰਾਂਵਾਲਾ ਤੋਂ ਹੈ ਉਹ ਵੀ ਕਹਿੰਦੇ ਆ ਗੁਜਰਾਂਵਾਲਾ ਤੁਸੀਂ ਵੀ ਕਹਿੰਦੇ ਹੋ ਗੁਜਰਾਂਵਾਲਾ ਲੇਕਿਨ ਮੈਨੂੰ ਗੁਜਰਾਂਵਾਲੇ ਕਹਿੰਦੇ ਆ ਕਿ ਨਹੀਂ ਜੀ ਇਹ ਗੁਜਰਾਂਵਾਲਾ ਹੈ ਤੁਸੀਂ ਗੱਲ ਸੱਚੀ ਹੈ ਆ ਜਾ ਸਪੈਦੋ ਹੈ ਨਾ ਇਹ ਸਪੈਦਾ ਆਖਿਆ ਨਾ ਸਪੈਦਮ ਹੈ ਕਿੰਨਾ ਫਰਕ ਗੱਲ ਬੋਲੀ ਚ ਫਰਕ ਪੈ ਜਾਂਦਾ ਔਰ ਗੱਲ ਕੁਝ ਨਹੀਂ ਨਾ ਠੀਕ ਹੀ ਹੈ ਬਿਲਕੁਲ ਬਿਲਕੁਲ ਜ਼ਿਲ੍ਹਾ ਦੇ ਆਫਸਾਬਾਦ ਤਹਿਸੀਲ ਸੀ ਤੋਂ ਜ਼ਿਲ੍ਹਾ ਬਣਿਆ ਬਾਕੀ ਜ਼ਿਲ੍ਹੇ ਸਾਰੇ ਉਹ ਪੁਰਾਣੇ ਨੇ ਸਰਗੋਦਾ ਹੋਈਏ ਮਿੰਟ ਕੁਮਰੀ ਹੋਈਏ ਮੇਰੇ ਬਜਗਾਵੇਂ ਮਿੰਟ ਕੁਮਰੀ ਦੇ ਹੈ ਨਾ ਜ਼ਿਲ੍ਹੇ ਸਨ ਜੱਟ ਮੁਸਲਮਾਨ ਉਹਨੇ ਇੱਕ ਲਿਆ ਅੱਛਾ ਕਮੀਨ ਹੀ ਪੁੱਟੇ ਨੇ ਚੱਠਿਆਂ ਦਾ ਜ਼ੋਰ ਸੀ ਰਾਲ ਪਰ ਆਫਸਾਬਾਦ ਦੇ ਇਲਾਕੇ ਇੱਕ ਨਹੀਂ ਲਿਆ ਸਾਡੇ ਕੋਲ ਮੀਆਂ ਲਵੇਰਿਆਂ ਵਾਲਾ ਬੰਦੂਕਾਂ ਵੀ ਕੋਲ ਬੜਾ ਕੋਈ ਸੀ ਉਹਦੇ ਕੋਲ ਦੁਨੀਆਂ ਗਈ ਹੈ ਉਹ ਕਿ ਲੱਸੀ ਪਾਣੀ ਪਿਆੜਿਆ ਪਿਆੜਿਆ ਉਹਨੇ ਫਿੱਟੇ ਬੁਣੀ ਕਹਿਣ ਨਹੀਂ ਆਖੀ ਛੋਟੀਆਂ ਜਾਤਾਂ ਕੰਮ ਕੀਤਾ ਛੋਟੀਆਂ ਜਾਤਾਂ ਨੇ ਕੰਮ ਖਰਾਬ ਕੀਤਾ ਜਿੰਨੇ ਯੋਗਾਂ ਨਾਲ ਆਪਣੇ ਜ਼ੋਰ ਲਾਇਆ ਉਹਨਾਂ ਇੱਕ ਵੱਡਾ ਘੱਲੂਕਾਰਾ ਤੂੰ ਵੇਖਿਆ ਹੋਣਾ ਹੈ ਜਿਹੜਾ ਢਾਬੀ ਹੋਇਆ ਹੈ ਆਇਆ ਤੁਹਾਡੇ ਨੋਟਿਸ 'ਚ ਨਹੀਂ ਢਾਬੀ ਮੁਸਲਮਾਨ ਪਾਏ ਨੇ ਜੁੜ ਕੇ ਕਈ ਲੱਖ ਅੱਛਾ ਢਾਬੀ ਜਿਹੜੇ ਸਨ ਢਾਬਾ ਦੇ ਦੁਆਲੇ ਦੁਆਲੇ ਪਿੰਡ ਜਿਹੜੇ ਸਨ ਨਾ ਉਹ ਸਨ ਮਜ਼ਬੀ ਜਾਤ ਦੇ ਮਜ਼ਬੀ ਸਿੱਖ ਸਨ ਅਤੇ ਇਹ ਜਦੋਂ ਅੰਗਰੇਜ਼ ਆਏ ਨਾ ਇਹਨਾਂ ਬਣਾ ਲੈਣੇ ਚੂੜਿਆਂ ਨੂੰ ਸਾਈ ਅੱਛਾ ਤੇ ਸਿੱਖਾਂ ਦਾ ਜ਼ੋਰ ਪਿਆ ਅਤੇ ਇਹਨਾਂ ਬਣਾ ਲੈਣੇ ਮਜ਼ਬੀ ਅਤੇ ਮੁਸਲਮਾਨਾਂ ਦਾ ਜ਼ੋਰ ਪਿਆ ਉਹਨੇ ਮਸਲੀ ਬਣਾ ਲਏ ਇਹ ਤਰੋਂ ਰਿਸ਼ਾਂ ਵੰਡੇ ਗਏ ਉਹ ਮਜ਼ਬੀ ਜਿਹੜੇ ਸਨ ਫੌਜ ਹੀ ਨਹੀਂ ਸਨ ਜਿਸ ਵੇਲੇ ਪਿਆਰ ਰਵੜਾ ਉਹ ਛੱਡ ਕੇ ਆ ਗਏ ਜਿਸ ਵੇਲੇ ਆ ਗਏ ਅਤੇ ਦੁਆਲੇ ਦੇ ਪਿੰਡ ਲੱਗੇ ਜਾਣ 'ਤੇ ਉਹਨਾਂ ਮੰਡੀ ਢਾਬਾ ਦੀ ਮੰਡੀ ਸੀ ਢਾਬਾ ਵਾਲੇ ਨਾਲੇ ਗੱਡੀ ਦਾ ਸਟੇਸ਼ਨ ਵੀ ਸੀ ਉਹਨਾਂ ਮੰਡੀ ਸਾਰੀ 'ਤੇ ਕਬਜ਼ਾ ਕਰ ਲਿਆ ਭਾਵੇਂ ਕੋਈ ਹਿੰਦੂ ਸੀ ਅਤੇ ਭਾਵੇਂ ਕੋਈ ਮੁਸਲਮਾਨ ਸੀ ਅਤੇ ਭਾਵੇਂ ਕੋਈ ਸੀ ਉਹਨਾਂ ਸੂਈ ਨਹੀਂ ਬੰਨੇ 'ਚ ਕੱਢਣ ਦਿੱਤੀ ਉਸ ਕਾ ਬਾਹਰ ਹੋ ਜਾਓ ਜਿਸ ਵੇਲੇ ਫਿਰ ਉਹਨਾਂ ਨੂੰ ਫੰਡਮੈਂਟਰੀ ਮਗਰੋਂ ਆਉਣਾ ਸੀ ਉਹਨਾਂ ਨੂੰ ਪਤਾ ਸੀ ਉਹ ਦਰਵਾਜ਼ੇ ਸਨ ਦੋ ਆਮ ਨੂੰ ਸਾਹਮਣੇ ਉਹਨਾਂ ਟੋਆ ਪੁੱਟ ਕੇ ਲਾਈਆਂ ਅਤੇ ਉੱਤੇ ਫਿਰ ਨਿੱਕਾ ਨਿੱਕਾ ਮਾਲ ਪਾ ਕੇ ਅਤੇ ਉੱਤੇ ਥੋੜ੍ਹੀ ਥੋੜ੍ਹੀ ਮਿੱਟੀ ਪਾ ਕੇ ਤੁਸੀਂ ਝਾੜੂ ਮਰਵਾ ਲਿਆ ਉਹ ਟਰੱਕ ਆਏ ਮੈਂਟਰੀ ਵਾਲੇ ਦੋ ਉਹ ਅੱਗੜ ਪਿੱਛੜ ਦੋ ਵਿੱਚ ਉਹ ਮੈਂਟਰੀ ਵਾਲੇ ਮਾਰੇ ਥਾਂ 'ਤੇ ਅਸਲਾ ਉਹ ਵੀ ਕਾਬੂ ਕਰ ਲਿਆ ਉੱਥੇ ਪਾਇਪ ਸਨ ਲੋਹੇ ਦੇ ਉਹਨਾਂ ਪਰ ਜੇ ਸਾਡੇ ਵਰਗੇ ਸਨ ਲੋਕ ਇਕੱਠੇ ਉਹਨਾਂ ਨੂੰ ਸਰੀਆ ਸੀ ਉਹਨਾਂ ਕਹਿੰਦਾ ਸਰੀਆ ਟੁੱਕੀ ਜਾਓ ਸਾਡੇ ਮਾਮੇ ਤਾਂ ਜਵਾਈ ਟੁੱਕਦਾ ਰਿਹਾ ਖੁਦਾ ਆਪਦਾ ਮਗਰ ਟੁੱਕਦਾ ਰਿਹਾ ਅਤੇ ਤੋਪਾਂ ਬਣਾ ਲਈਆਂ ਜਿਹੜਾ ਮਜ਼ਬੀ ਉਸ ਵੇਲੇ ਆਗੂ ਬਣਿਆ ਸੀ ਨਾ ਉਹ ਹਿੰਗਾ ਖੇੜੀ ਨਾਲ ਕੁਰਛੇਤਰ ਦੇ ਚਾਂਸੇ ਨੂੰ ਜਾਈਏ ਨਾ ਉੱਤੇ ਹਿੰਗਾ ਖੇੜੀ ਆਉਂਦਾ ਹੈ ਚਿੱਬਿਓ ਅੱਗੇ ਉਹਦਾ ਨਾਂ ਭੁੱਟ ਗਿਆ ਸ਼ਾਇਦ ਤਾਜ਼ਾ ਹੈ ਉਹਦਾ ਮੁੰਡਾ ਸਰਪੰਚ ਵੀ ਰਿਹਾ ਹੈ ਉਹ ਉਸ ਵੇਲੇ ਆਗੂ ਸੀ ਉਹ ਜੇ ਮੁਸਲਮਾਨ ਆਏ ਨਾ ਇੱਧਰੋਂ ਪਾਣੀ ਡੱਕੇ ਦਾ ਪੈਂਦਾ ਸੀ ਅਤੇ ਉਹ ਮਿੱਟੀ ਕੱਢ ਕੇ ਵਗਾਉਂਦੇ ਨੇ ਜੱਟ ਜਿਹੜੀ ਅਤੇ ਉਹ ਨੇੜੇ ਜੰਮ ਜਾਂਦੀ ਟੇ ਉੱਤੇ ਟਿੱਬਾ ਲੱਗਾ ਸੀ ਮੰਡੀ ਦੇ ਉੱਤੇ ਉਹਨੇ ਫਿਰ ਤੋਪਾਂ ਵਾਲੇ ਆਪਣਾ ਤੋਪਾਂ ਪਹਿਲਾਂ ਬੰਦੂਕਾਂ ਵਾਲੇ ਤਾਣ ਦਿੱਤੇ ਤੋਪਾਂ ਵੀ ਤਾਣ ਤੀਆਂ ਨੇ ਉੱਥੇ ਕਹਿੰਦਾ ਜਦੋਂ 10,000 ਜਿਹੜਾ ਬੰਦਾ ਟੱਪ ਆਇਆ ਨਾ ਉੱਥੇ ਕਹਿੰਦਾ ਹੁਣ ਫਾਇਰ ਖੋਲ੍ਹ ਦਿਓ ਫਾਇਰ ਖੁੱਲ੍ਹ ਗਿਆ ਉਹ ਬੰਦਾ 10,000 ਮੁੱਦਾ ਹੋ ਕੇ ਜਾ ਪਿਆ ਉਹਨਾਂ ਨੇ ਫਿਰ ਕੀ ਕੰਮ ਕੀਤਾ ਉਹਨਾਂ ਲੈ ਕੇ ਨਾ ਕੜੇ ਦੇ ਕੰਘੇ ਭਲੂਸ ਕੇ ਅਤੇ ਉਹਨਾਂ ਦੇ ਚਿਹਰੇ ਪੈਟਰੋਲ ਪਾ ਕੇ ਸਾੜ ਛੜੇ ਗੁਆਹਲੇ ਉਹ ਅਤੇ ਫਿਰ ਮਨਿਸਟਰ ਗਏ ਜੁੜ ਕੇ ਉੱਥੇ ਉਹ ਆਖਰ ਸਾਡੇ ਮੁਸਲਮਾਨ ਨੇ ਉਹ ਆਖਰ ਤੁਹਾਡੇ ਮੁਸਲਮਾਨ ਉੱਥੇ ਲੈਣ ਕੇ ਆਉਣੇ ਸਾਡੇ ਸਿੱਖ ਨੇ ਉਹਨਾਂ ਨੂੰ ਫਿਰ ਪਾ ਕੇ ਟਰੱਕ ਸਪੈਸ਼ਲ ਅਤੇ ਅੰਮ੍ਰਿਤਸਰ ਮਾਰੇ ਉਹਨੇ ਇਹ ਤੁਹਾਨੂੰ ਨੋਟਿਸ ਤੁਹਾਡੇ 'ਚ ਹੋਣੀ ਚਾਹੀਦੀ ਗੱਲ ਕੱਢ ਖੋਜ ਨਹੀਂ ਦੇ ਕੋਈ ਨਹੀਂ ਤੁਸੀਂ ਦੱਸਤਾ ਹੁਣ ਦੁਨੀਆ ਸੁਣੇਗੀ ਤਾਂ ਸਾਹਮਣੇ ਆ ਹੀ ਜਾਏਗੀ ਕਹਾਣੀ ਮਨਿਸਟਰ ਗਏ ਜਵਾਹਰ ਲਾਲ ਵਰਗਾ ਨਹੀਂ ਗਏ ਨੇ ਮੌਕਾ ਵੇਖਣ ਜਦੋਂ ਫਿਰ ਅਸੀਂ ਕੰਪ 'ਚ ਆ ਗਏ ਨਾ ਪਟੇਲ ਜਿਹੜਾ ਸੀ ਨਾ ਪਟੇਲ ਆਖਿਆ ਪੰਡਿਤ ਜੀ ਹੁਣ ਕੀ ਕਰਨਾ ਹੈ ਉਸ ਕਿਹਾ ਕੀ ਕਰਨਾ ਹੈ ਉਸ ਕਿਹਾ ਦੁਨੀਆ ਉਸ ਕਿਹਾ ਜਿੱਥੇ ਆਏ ਮਾਰਖਾ ਪਚਾਸ ਦੁਨੀਆ ਦਾ ਹਾਂ ਕੀ ਕਰਨਾ ਹੈ ਅੱਛਾ ਇਹ ਕਿਸਨੇ ਕਹੀ ਗੱਲ ਉਸ ਹਾਂ ਪੰਡਿਤ ਨੇ ਆਖਿਆ ਠੀਕ ਹੈ ਉਸ ਆਖਿਆ ਅਸੀਂ ਕੀ ਕਰ ਸਕਦੇ ਹੋ ਨਾ ਜਿਹੜਾ ਬਚ ਗਿਆ ਜਿਹੜਾ ਮਰ ਗਿਆ ਮਰ ਗਿਆ ਉਸ ਕਿਹਾ ਇਹ ਕੰਮ ਨਹੀਂ ਬਣਨਾ ਉਸ ਕਿਹਾ ਹੋਰ
ਅਸਾਂ ਰਾਜਕਾਜ ਨਾ ਕਰਨਾ ਜੀ, ਰਾਜਕਾਜ ਨਾ ਕਰਨਾ ਹੀ ਆ ਰਾਜ ਜਿਹੜਾ ਤੂੰ ਮੁਸਲਮਾਨ ਨੇ ਯੂਪੀ ਦੇ ਸਿਰ 'ਤੇ ਰਾਜ ਤੂੰ ਕਿਵੇਂ ਕਰ ਲੈਂਗਾ, ਜੇ ਤੇਰੇ ਇਹਨਾਂ 'ਤੇ ਤੂੰ ਰਾਜ ਅੱਠਾਂ ਪਰਾਂ ਨੂੰ ਖੁਸ਼ ਜਾਣਾ, ਮੁਸਲਮਾਨਾਂ ਖਾ ਜਾਣਾ ਤੈਨੂੰ ਵੀ ਉਸ ਕਾ, ਫਿਰ ਸਾਨੂੰ ਪਟੇਲ ਲੱਗਿਆ ਹੈ। ਅੱਛਾ, ਸਮਝਾਈ ਆ। ਅਤੇ ਪਟਿਆਲੇ ਵਾਲਾ ਆਉਂਦਾ ਸੀ ਮੁਸਲਮਾਨ ਕੱਢੇ ਨਹੀਂ, ਉਹਨਾਂ ਸੁਰੰਗ ਪੱਟੀ ਉਹ ਫੜੀ ਗਈ, ਫਿਰ ਆਖਿਓ ਇੱਕ ਵੀ ਨਾ ਜਾਇਜ ਆਉਂਦਾ। ਬੜੇ ਵਕਤ ਵੇਖੇ ਨੇ ਮੁੰਡੇ ਗੱਲਾਂ ਕਰਦੇ ਨੇ, ਅੱਜ ਦਿਨ ਚੰਗਾ ਆਇਆ 26 ਜਨਵਰੀ, ਮੈਂ ਕਿਹਾ ਸਾਡੇ ਵਾਸਤੇ ਤਾਂ ਕੁੜੀਆਂ ਵੀ ਕੱਪੜੇ ਵੀ ਯਾਦ ਆ ਜਾਂਦੇ, ਯਾਦ ਆ ਸਾਨੂੰ ਰੋਟੀ ਵੀ ਨਹੀਂ ਅੰਦਰ ਲੱਗਦੀ, ਤੁਸੀਂ ਉਹਦੀ ਖੁਸ਼ੀ ਜੀ। ਬਿਲਕੁਲ, ਉਹ 26 ਜਨਵਰੀ ਨਹੀਂ, 15 ਅਗਸਤ ਹੈ। 15 ਅਗਸਤ 26 ਜਨਵਰੀ ਦੋਵੇਂ 26 ਜਨਵਰੀ ਲਿਖ ਕੇ ਦਿੱਤਾ ਸੀ, ਲਿਖ ਕੇ ਦਿੱਤਾ ਸੀ। ਸਹੀ ਗੱਲ ਹੈ, ਉੱਥੇ ਵੱਜਾ ਨਾ। ਤੁਸੀਂ ਸਹੀ ਕਹਿ ਰਹੇ ਹੋ ਕਿ ਅਸੀਂ 15 ਅਗਸਤ ਕਿਉਂ ਖੁਸ਼ੀ ਨਾਲ ਮਨਾਉਂਦੇ ਹਾਂ, ਕੀ ਉਸ ਦਿਨ ਤਾਂ ਬਲਕਿ ਸਾਨੂੰ ਸਾਡਾ ਜਿਹੜੀ ਉਹਦੇ ਨਾਲ ਤੁਸੀਂ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਸੋ। ਬਿਲਕੁਲ, ਅਤੇ ਸਰਕਾਰਾਂ ਸਾਡੀ ਖੁਸ਼ੀਆਂ ਮਨਾਉਂਦੀ ਹੈ ਕਿ 15 ਅਗਸਤ ਸਾਡਾ ਇੰਡੀਪੈਂਡੈਂਟ ਡੇ ਸਾਡਾ ਹੋ ਗਿਆ, ਆਜ਼ਾਦ ਹੋ ਗਏ। ਆਜ਼ਾਦ ਥੋੜ੍ਹੀ ਹੋਏ, ਆਜ਼ਾਦ ਸਹੀ ਗੱਲ ਹੈ ਕਿ ਬਜ਼ੁਰਗ ਕਹਿੰਦੇ ਪਹਿਲੇ ਹੀ ਅੱਛੇ ਸੀਗੇ। ਸਾਨੂੰ ਸਾਡੀ ਆਜ਼ਾਦੀ ਦੀ ਮਾਈ ਘੋੜੀਆਂ ਚੜ੍ਹਨ ਨੂੰ ਮਿਲੀਆਂ, ਜ਼ਮੀਨਾਂ ਵਾਧੂ ਸਨ, ਮੌਜਾਂ ਕਰਦੇ ਹਨ। ਜਿੱਧਰ ਜਾਣਾ ਘੋੜੀ 'ਤੇ ਜਾਓ, ਨਾ ਕਿਰਾਇਆ ਹੋਣ ਹੁਣ ਹੁਣ ਤਾਂ ਦੁਨੀਆ ਕਾਰਾਂ 'ਚ ਜਬ ਚੱਲੀ ਹੈ। ਇੱਕ ਬੁੱਢੇ ਮੇਰੇ ਵਰਗੇ ਨੂੰ ਫੜ ਗਿਆ ਪੱਤਰਗਾ, ਜਿਵੇਂ ਤੂੰ ਮੈਨੂੰ ਫੜਿਆ ਹੈ, ਫੋਟੋਆਂ ਦੇ ਬਾਪੂ ਅੱਗੇ ਸਾਨੂੰ ਪਿਛਲੀ ਗੱਲ ਸੁਣਾ। ਆਉਂਦਾ ਬਈ ਮੈਂ ਗੱਲ ਮਨਵਾਈ ਸੀ, ਮਨਵਾਈ ਭਾਈ ਗੱਲ ਤੁਹਾਨੂੰ ਮੈਂ ਕੀ ਸੁਣਾਊਂ, ਜ਼ਮੀਨ 'ਤੇ ਬੜੀ ਸੀ ਅਤੇ ਦਾਣੇ ਥੋੜ੍ਹੇ ਹੁੰਦੇ ਸਨ, ਅਤੇ ਹੁਣ ਦਾਣੇ ਟਰੈਕਟ ਆ ਗਏ ਨੇ ਅਤੇ ਕਾਰਾਂ ਆ ਗਈਆਂ ਨੇ, ਹੁਣ ਤਾਂ ਦਾਣੇ ਗੌਰਮੈਂਟ ਜੋ ਗਏ ਨੇ ਆਪਣੇ ਘਰ ਕੋਲ ਹੀ ਹੁੰਦਾ ਦਾਣਾ, ਉਦੋਂ ਕਾਰਾਂ ਆ ਜਾਂਦੇ ਸਨ, ਹੁਣ ਤਾਂ ਗੌਰਮੈਂਟ ਦਾ ਸਭ ਕੁਝ। ਬਿਲਕੁਲ ਸਹੀ ਕਹਿ ਰਹੇ ਤੁਸੀਂ, ਜਿਹੜੇ ਕੋਠੀਆਂ ਨਾ ਇਹ ਵੀ ਗੌਰਮੈਂਟ ਦੇ ਪੈਸੇ ਦੇ ਹੋਈਆਂ ਨੇ, ਕਾਰਾਂ ਵੀ ਗੌਰਮੈਂਟ ਦੀਆਂ ਨੇ, ਚੜ੍ਹਦਾ ਰਿਹਾ ਸੀ ਆ। ਤੁਸੀਂ ਲੋਕ ਕਹਿੰਦੇ ਹੋ ਕਹਾਣੀਆਂ, ਮੈਂ ਕਹਿੰਦਾ ਹਕੀਕਤਾਂ। ਸਾਡੇ ਬਜ਼ੁਰਗਾਂ ਨਾਲ ਜਿਹੜੀਆਂ ਹੋਈਆਂ, ਰੱਬ ਦੁਬਾਰਾ ਉਹ ਦਿਨ ਨਾ ਦਿਖਾਏ, ਇਸ ਕਰਕੇ ਹੀ ਇਸ ਤਰ੍ਹਾਂ ਦੇ ਬਜ਼ੁਰਗਾਂ ਨੂੰ ਅਸੀਂ ਲੈ ਕੇ ਆਉਂਦੇ ਹਾਂ ਅਤੇ ਪੁਰਾਣੀਆਂ ਗੱਲਾਂ ਨੂੰ ਦਿਖਾਉਂਦੇ ਹਾਂ, ਸੁਣਾਉਂਦੇ ਹਾਂ, ਅਤੇ ਤਾਂ ਤੁਹਾਨੂੰ ਮਹਿਸੂਸ ਹੁੰਦਾ ਅਤੇ ਸਾਨੂੰ ਮਹਿਸੂਸ ਹੁੰਦਾ, ਯਾਰ ਬੰਦੇ ਬੜੇ ਚੰਗੇ ਹੀ ਸੀਗੇ, ਲੇਕਿਨ ਟਾਈਮ ਹੀ ਮਾੜਾ ਸੀਗਾ। ਉਹ ਟਾਈਮ ਸਾਡੇ ਦਿਮਾਗ ਵਿੱਚ ਬੈਠ ਗਿਆ, ਜਿਸ ਨੇ ਆਪਣਾ ਰਾਜ ਕੀਤਾ ਅਤੇ ਸਾਡੇ ਕੋਲੋਂ ਬੰਦੇ ਮਰਾ ਤੇ, ਬੰਦਾ ਬੰਦੇ ਦੇ ਖੂਨ ਦਾ ਪਿਆਸਾ ਹੋ ਗਿਆ, ਜਿਵੇਂ ਇਹਨਾਂ ਨੇ ਦੱਸਿਆ। ਹਰ ਕਹਾਣੀ 'ਚ ਇਸ ਤਰ੍ਹਾਂ ਦੇ ਅਸਲੀਅਤ ਵਾਲੇ ਵਾਕਏ ਸਾਹਮਣੇ ਆਉਂਦੇ ਨੇ ਅਤੇ ਦਿਲ ਕਰਦਾ ਹੈ ਕਿ ਕਾਸ਼ ਇਹ ਵੰਡ ਨਾ ਹੋਈ ਹੁੰਦੀ, ਨਾ ਸਾਨੂੰ ਉੱਥੋਂ ਇੱਥੇ ਆਉਣਾ ਪੈਂਦਾ ਅਤੇ ਨਾ ਤੁਸੀਂ ਇੱਥੋਂ ਜਾਂਦੇ। ਹਾਲਾਂਕਿ ਤੁਹਾਡੇ ਬਹੁਤ ਸਾਰੇ ਕਮੈਂਟਸ ਵਿੱਚ ਅਸੀਂ ਇਹ ਪੜ੍ਹਿਆ ਅਤੇ ਮਹਿਸੂਸ ਕੀਤਾ, ਜਿੱਥੇ ਤੁਸੀਂ ਕਹਿੰਦੇ ਹੋ ਕਿ ਕੇਸ਼ੂ ਜੀ ਸਾਡੇ ਵੱਡੇ ਵਡੇਰੇ ਕਹਿੰਦੇ ਹੈ ਸੋਨਾ ਦੇ ਕੇ ਕੋਲੇ ਲੈ ਲੈਣ ਅਸੀਂ ਤਾਂ, ਅਤੇ ਗੱਲ ਸੱਚੀ ਹੈ ਜੀ। ਸਾਡੇ ਬਜ਼ੁਰਗ ਵੀ ਕਹਿੰਦੇ ਹਾਂ ਕਿ ਬੜੇ ਅੱਛੇ ਪੜੋਸੀ ਹਨ, ਬਹੁਤ ਅੱਛੀ ਤਰ੍ਹਾਂ ਦਿਨ ਗੁਜ਼ਰ ਰਹੇ ਹਨ, ਲੇਕਿਨ ਉਹ ਟਾਈਮ ਨਾਮ ਦਾ, ਇੱਕ ਵਕਤ ਨਾਮ ਦਾ ਰਾਕਸ਼ਸ ਆਇਆ ਹੈ ਨਾ, ਇੱਕ ਦਿੱਤੇ ਆਇਆ ਅਤੇ ਉਸਨੇ ਸਭ ਕੁਛ ਖਰਾਬ ਕਰਤਾ, ਉਹ 47 ਇੱਕ ਕਾਲਾ ਇਤਿਹਾਸ ਬਣ ਗਿਆ। ਲੇਕਿਨ ਕਿਤੇ ਨਾ ਕਿਤੇ ਅਸੀਂ ਸ਼ੁਕਰਗੁਜ਼ਾਰ ਹਾਂ ਅੱਜ ਸੋਸ਼ਲ ਮੀਡੀਆ ਦੇ, ਮੈਂ ਅਕਸਰ ਗੂਗਲ ਦਾ ਥੈਂਕਸ ਕਰਨਾ, ਯੂਟਿਊਬ ਦਾ ਥੈਂਕਸ ਕਰਨਾ ਕਿ ਕਿਤੇ ਨਾ ਕਿਤੇ ਸਾਨੂੰ ਉਸਦੇ ਥਰੂ ਇੱਥੋਂ ਗਏ ਹੋਏ ਬਜ਼ੁਰਗਾਂ ਦੀ ਕਹਾਣੀਆਂ ਪਤਾ ਚੱਲਦੀਆਂ ਅਤੇ ਤੁਹਾਨੂੰ ਉੱਥੋਂ ਇੱਥੇ ਆਏ ਹੋਏ ਬਜ਼ੁਰਗਾਂ ਦੀ ਕਹਾਣੀਆਂ ਪਤਾ ਚੱਲਦੀਆਂ, ਅਤੇ ਅਹਿਸਾਸ ਹੁੰਦਾ ਕਿ ਸਾਨੂੰ ਜਿਹੜਾ ਸਕੂਲਾਂ ਕਾਲਜਾਂ 'ਚ ਕਿਤਾਬਾਂ 'ਚ ਪੜ੍ਹਾਇਆ ਗਿਆ ਉਹ ਰੱਤੀ ਭਰ ਵੀ ਸੱਚ ਨਹੀਂ ਸੀਗਾ, ਝੂਠ ਸਿਆਸਤਦਾਨਾਂ ਦਾ ਬਣਾਇਆ ਹੋਇਆ ਇੱਕ ਲੈਸਨ, ਸੱਚ ਤਾਂ ਹੈ ਬੈਠਾ ਜ਼ਿੰਦਾ, ਸੱਚ ਤੁਹਾਡੇ ਘਰ 'ਚ ਵੀ ਸੀਗਾ, ਸੱਚ ਆਸੇ ਪੜੋਸੇ 'ਚ ਵੀ ਸੀਗਾ। ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਅਸੀਂ ਜ਼ਰੂਰ ਜਾਂਦੇ ਹਾਂ, ਬਜ਼ੁਰਗਾਂ ਨੂੰ ਕੈਪਚਰ ਕਰਦੇ ਹਾਂ, ਇੱਕ ਬਲੈਕ ਟਰੂਥ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ, ਲੇਕਿਨ ਜਿੱਥੇ ਤੱਕ ਨਹੀਂ ਜਾ ਸਕਦੇ ਤਾਂ ਉੱਥੇ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਬੈਠੋ, ਉਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਐਕਚੁਅਲੀ ਕੈਮਰੇ 'ਤੇ ਕੈਪਚਰ ਨਹੀਂ ਕਰ ਸਕਦੇ, ਮੋਬਾਈਲ 'ਤੇ ਕੈਪਚਰ ਕਰੋ, ਕਿਉਂਕਿ ਟਾਈਮ ਬਹੁਤ ਘੱਟ ਹੈ। ਫਿਲਹਾਲ ਬਸ ਦਿਓ ਇਜਾਜ਼ਤ, ਇਸ ਇੰਟਰਵਿਊ ਨੂੰ ਦੇਖ ਕੇ ਕਮੈਂਟਸ ਬੋਕਸ 'ਚ ਜ਼ਰੂਰ ਦੱਸਿਓ ਕਿ
ਇਹਨਾਂ ਨੇ ਜਿੰਨੀ ਗੱਲਾਂ ਦੱਸੀਆਂ ਸਪੈਸ਼ਲੀ ਮੈਂ ਉਹ ਨੂਰਾ ਮਾਸੀ ਵਾਲੀ ਗੱਲ ਕਰਾਂਗਾ ਮਾਂ ਸੀ ਹੈ ਨਾ ਮਾਂ ਵਰਗੀ ਉਹ ਸਾਡੀ ਮਾਸੀ ਜਿਨ੍ਹਾਂ ਨੇ ਇਹਨਾਂ ਦੇ ਬਾਲਾਂ 'ਚ ਤੇਲ ਲਾਇਆ ਛੋਟੇ ਹੁੰਦੇ ਜੂੜੀ ਵੀ ਬਣਾਈ ਹੈ ਨਾ ਇਹਨਾਂ ਨੂੰ ਯਾਦ ਹੈ ਤਾਂ ਕਿਆ ਉਹਨਾਂ ਦੇ ਬੱਚੇ ਜਿਹੜੇ ਉਸ ਟਾਈਮ ਸੀਗੇ ਉਹ ਤੁਹਾਨੂੰ ਕਿੱਥੇ ਮਿਲਣ ਤਾਂ ਸਾਨੂੰ ਜ਼ਰੂਰ ਦੱਸਿਓ ਇਹਨਾਂ ਦੇ ਤੋਂ ਇਲਾਵਾ ਮੈਨੂੰ ਸਭ ਤੋਂ ਖੁਸ਼ੀ ਜ਼ਿਆਦਾ ਹੋਏਗੀ ਉਸ ਗੱਲ ਦੀ ਕਿ ਜਦੋਂ ਨੂਰਾ ਮੌਸੀ ਦੀ ਤਰਫੋਂ ਕੋਈ ਕਾਲ ਆਏਗਾ ਅਤੇ ਸਾਨੂੰ ਦੱਸਿਆ ਜਾਏਗਾ ਜੀ ਉਹ ਬੱਚੇ ਅੱਜ ਵੀ 80, 82, 85 ਦੇ ਹੈਗੇ ਆ ਅਤੇ ਉਹ ਵੀ ਇਸ ਤਰ੍ਹਾਂ ਦੀ ਕਹਾਣੀ ਆ ਨੂਰਾ ਮੌਸੀ ਤੋਂ ਸੁਣ ਚੁੱਕੇ ਹਾਂ ਜਾਂ ਕਿਸੇ ਹੋਰ ਤੋਂ ਸੁਣ ਚੁੱਕੇ ਹੈ ਅਤੇ ਫਿਰ ਕਿਉਂ ਨਾ ਇੱਕ ਵਾਰੀ ਫਿਰ ਇਹਨਾਂ ਦੋਨੋਂ ਪਰਿਵਾਰਾਂ ਦੀ ਗੱਲ ਕਰਾਈ ਜਾਏ ਜਿਹੜਾ ਸਾਡਾ ਮਕਸਦ ਹੈਗਾ ਜਿਹੜਾ ਅਸੀਂ ਹੁਣ ਤੱਕ ਕਰ ਚੁੱਕੇ ਹਾਂ ਅਤੇ ਜਿਹੜਾ ਅਸੀਂ ਕਰਨ ਦਾ ਇੱਕ ਸੋਚਿਆ ਹੋਇਆ ਕਿ ਨਹੀਂ ਸਾਨੂੰ ਕਰਨਾ ਅਤੇ ਦਿਓ ਫਿਲਹਾਲ ਵਾਸਤੇ ਇਜਾਜ਼ਤ ਨਵੇਂ ਐਪੀਸੋਡ ਨਾਲ ਫਿਰ ਮਿਲਾਂਗੇ ਸ਼ੁਕਰੀਆ